ਵਿੱਚ ਹਾਰਨ ਤੇ ਜਿੱਤਣ ਦੀ ਉਹ ਲੜਨ ਤੋਂ ਬਾਅਦ ਹੀ ਪਤਾ ਲੱਗੇਗਾ ਕੌਣ ਜਿੱਤਦਾ ਹੈ ਤੇ ਕੌਣ ਪਕੜਿਆ ਜਾਂਦਾ ਹੈ। ਔਰ ਸੂਬੇ ਜਲੰਧਰ ਨੂੰ ਕਹਿ ਦਿਓ ਕਿ ਜਿਸ ਰਸਤੇ ਮੁਖਲਿਸ ਖਾਨ ਭੇਜਿਆ ਉਸੇ ਰਸਤੇ ਨੂੰ ਭੇਜਾਂਗੇ, ਜੇ ਆਉਣਾ ਉਸ ਰਸਤੇ ਜਾਣਾ ਚਾਹੁੰਦਾ ਤਾਂ ਜੀ ਸਦਕੇ ਆ ਜਾਏ। ਇਹਨੇ ਚੰਗਾ ਨਹੀਂ ਕੀਤਾ ਕਿ ਬਿਨਾਂ ਪੜਚੋਲ ਕੀਤਿਆਂ ਇੱਕ ਧਿਰ ਦੀ ਗੱਲ ਸੁਣ ਕੇ ਸਿੱਧਾ ਆ ਕੇ ਹਮਲਾ ਕਰ ਦਿੱਤਾ ਹੈ। ਇਹ ਵੱਡੀ ਮੂਰਖਤਾਈ ਹੈ ਸੂਬੇ ਜਲੰਧਰ ਦੀ, ਪਰ ਅਸੀਂ ਉਹਨੂੰ ਫਿਰ ਵੀ ਖਿਮਾ ਕਰ ਦਿਆਂਗੇ ਜੇ ਉਹ ਵਾਪਸ ਪਰਤ ਜਾਂਦਾ, ਵਾਪਸ ਮੁੜ ਜਾਂਦਾ। ਦੂਤ ਨੇ ਆ ਕੇ ਸੂਬੇ ਜਲੰਧਰ ਨੂੰ ਦੱਸਿਆ ਕਿ ਗੁਰੂ ਤਾਂ ਬੱਬਰ ਸ਼ੇਰ ਵਾਂਗੂ ਹੈ, ਜਿਵੇਂ ਬੱਬਰ ਸ਼ੇਰ ਕਦੇ ਸੁਪਨੇ ਵਿੱਚ ਵੀ ਭੈ ਭੀਤ ਨਹੀਂ ਹੁੰਦਾ, ਏਦਾਂ ਉਹ ਵੀ ਨਿਡਰ ਨੇ, ਉਹ ਤਾਂ ਲੜਨ ਵਾਸਤੇ ਤਿਆਰ ਬੈਠੇ ਨੇ। ਔਰ ਕਹਿੰਦੇ ਜੇ ਮੁਖਲਿਸ ਖਾਨ ਨੂੰ ਮਿਲਣਾ ਚਾਹੁੰਦਾ ਤਾਂ ਆ ਜਾ। ਸੁਣ ਕੇ ਸੂਬਾ ਜਲੰਧਰ ਬੜੇ ਰੋਸ ਵਿੱਚ ਆਇਆ, ਆਪਣੀ ਫੌਜ ਨੂੰ ਲੈ ਕੇ ਹਮਲਾ ਕਰਨ ਵਾਸਤੇ ਅੱਗੇ ਵਧਿਆ। ਇੱਧਰ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸੂਬੇ ਜਲੰਧਰ ਦੀ ਫੌਜ ਦਾ ਵਾਸਤੇ ਤਿਆਰ ਬਰ ਤਿਆਰ ਹਨ। ਜੰਗ ਆਰੰਭ ਹੋ ਰਿਹਾ। ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਦੂਸਰਾ ਜੰਗ ਹੈ, ਸ੍ਰੀ ਹਰਗੋਬਿੰਦਪੁਰੇ ਦਾ ਜੰਗ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਸਾਹਿਬਾਂ ਦਾ ਪਾਵਨ ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੋਹਰਾ ਸ੍ਰੀ ਗੁਰ ਹਰਗੋਬਿੰਦ ਜੀ ਮਹਾਤੀਰ ਬਲਬੀਰ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਧੀਰਜੀ ਨੇ, ਧੀਰਜੀ ਹੀ ਨਹੀਂ ਬਕਾਇਦਾ ਨਾਲ ਬਲਬੀਰ ਹਨ, ਬਲ ਨੂੰ ਧਾਰਨ ਕਰਨ ਵਾਲੇ ਮਹਾਨ ਵੀਰ ਯੋਧੇ ਹਨ ਛੇਵੇਂ ਪਾਤਸ਼ਾਹ। ਭੈ ਅਰੂੜਨ ਤਰੰਗ ਪਰ ਲਸ਼ਕਰ ਪਿਖਿਓ ਅਪੀਰ। ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣਾ ਘੋੜਾ ਮੰਗਵਾਇਆ ਹੈ ਔਰ ਆਪਣੇ ਬਲਵਾਨ ਘੋੜੇ ਤੇ ਸਤਿਗੁਰੂ ਜੀ ਸਵਾਰ ਹੋਏ ਨੇ। ਸਵਾਰ ਹੋ ਕੇ ਘੋੜੇ ਤੇ ਆਪਣੇ ਸੂਰਮਿਆਂ ਦੇ ਲਸ਼ਕਰ ਨੂੰ ਚੰਗੀ ਤਰ੍ਹਾਂ ਤੱਕਿਆ ਤੇ ਵੇਖਿਆ ਹੈ। ਟੋਲ ਅਸ਼ਟ ਜਿਨ ਬੰਧਨ ਕਰੇ, ਉਧਰ ਸਾਹਮਣੇ ਦੁਸ਼ਮਣਾਂ ਦਾ ਦਲ ਵੇਖਿਆ, ਦੁਸ਼ਮਣਾਂ ਦੇ ਸੂਰਮਿਆਂ ਦੀ ਫੌਜ ਵੱਲ ਛੇਵੇਂ ਪਾਤਸ਼ਾਹ ਨੇ ਤੱਕਿਆ ਕਿ ਸੂਬੇ ਜਲੰਧਰ ਨੇ ਆਪਣੀ ਫੌਜ ਨੂੰ ਅੱਠ ਟੋਲੀਆਂ ਵਿੱਚ ਅੱਠ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਲੜਨ ਵਾਸਤੇ। ਕੁਛ ਬਾਵੈ ਕੁਛ ਦਾਏ ਧਰੇ, ਸੂਬੇ ਜਲੰਧਰ ਨੇ ਉਹਨਾਂ ਅੱਠ ਜਥਿਆਂ ਦੇ ਵਿੱਚੋਂ
ਕੁਝ ਕਾਂ ਨੂੰ ਆਪਣੇ ਸੱਜੇ ਪਾਸੇ ਤੇ ਕੁਝ ਕਾਂ ਨੂੰ ਆਪਣੇ ਖੱਬੇ ਪਾਸੇ ਰੱਖਿਆ ਹੈ। ਅੱਗੇ ਅਰ ਪਾਛੈ ਨਿਜ ਕੀਨ, ਔਰ ਇੱਕ ਦੋ ਜਥੇ ਅੱਗੇ ਕੀਤੇ ਨੇ, ਇੱਕ ਦੋ ਜਥੇ ਆਪਣੇ ਪਿਛਲੇ ਪਾਸੇ ਕੀਤੇ ਨੇ, ਆਪ ਵਿਚਕਾਰ ਤੁਰਿਆ ਆ ਰਿਹਾ। ਆਪ ਬੀਚ ਆਵਤ ਪਲ ਪੀਨ, ਜਿਹੜੇ ਸੱਤ ਜਥੇ ਨੇ ਉਹ ਇਹਨੇ ਆਪਣੇ ਆਲੇ ਦੁਆਲੇ ਕਰ ਲਏ ਨੇ, ਦੋ ਜਥੇ ਅੱਗੇ ਨੇ, ਦੋ ਜਥੇ ਸੱਜੇ ਨੇ, ਦੋ ਖੱਬੇ ਪਾਸੇ ਨੇ, ਇੱਕ ਜਥਾ ਇਹਦੇ ਪਿਛਲੇ ਪਾਸੇ ਹੈ। ਵਿਚਕਾਰ ਇਹ ਆਪ ਤੁਰਿਆ ਆ ਰਿਹਾ, ਆਪਣੇ ਆਪ ਨੂੰ ਨੇ ਵਿਚਕਾਰ ਰੱਖਿਆ ਸੂਬੇ ਜਲੰਧਰ ਨੇ। ਤਿਮ ਟੋਲਨ ਕੇ ਅੱਗੇ ਟੋਲ, ਏਦਾਂ ਇਹਦੇ ਟੋਲਿਆਂ ਦੇ ਅੱਗੇ ਟੋਲੇ ਜਿਹੜੇ ਨੇ ਉਹ ਤੁਰੇ ਆ ਰਹੇ ਨੇ। ਕਰੇ ਆਪਣੇ ਸਤਿਗੁਰ ਬੋਲ, ਇੱਧਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਪਣੇ ਜਥੇ ਜਿਹੜੇ ਬਣਾਏ ਨੇ, ਉਹਨਾਂ ਜਥਿਆਂ ਨੂੰ ਗੁਰਦੇਵ ਨੇ ਹੁਕਮ ਕਰਕੇ ਆਗਿਆ ਕਰਕੇ ਬਿਉਂਤ ਬੰਦੀ ਨਾਲ ਉਹਨਾਂ ਨੂੰ ਖੜਿਆ ਕੀਤਾ ਮੈਦਾਨੇ ਜੰਗ ਵਿੱਚ। ਤੇਰਾ ਤਜੀਆ ਹੈ ਕਰੋ ਪਿਛਾਰੇ, ਗੁਰਦੇਵ ਨੇ ਬਚਨ ਕੀਤਾ ਕਿ ਆਪਣੇ ਡੇਰੇ ਵਿੱਚ ਨਹੀਂ ਲੜਨਾ, ਕਿਉਂਕਿ ਰੜੇ ਮੈਦਾਨ ਵਿੱਚ ਹੀ ਡੇਰਾ ਸੀ, ਉੱਥੇ ਕਿਹੜਾ ਕੋਈ ਕਿਲਾ ਵੱਡਾ ਉਸਾਰ ਲਿਆ ਸੀ। ਮਹਾਰਾਜ ਜੀ ਕਹਿੰਦੇ ਆਪਣੇ ਡੇਰੇ ਨੂੰ ਛੱਡ ਕੇ ਅੱਗੇ ਆ ਜਾਓ ਤੇ ਅੱਗੇ ਆ ਕੇ ਆਪਣਾ ਮੈਦਾਨ ਮੱਲ ਲਵੋ, ਔਰ ਉਸ ਮੈਦਾਨ ਵਿੱਚ ਬੈਰਕਾਂ ਝੁਲਾ ਦਿਓ, ਨਿਸ਼ਾਨ ਝੁਲਾ ਦਿਓ, ਨਿਸ਼ਾਨ ਗੱਢ ਦਿਓ, ਔਰ ਆਪਣੇ ਮਨ 'ਚ ਪ੍ਰਣ ਕਰਕੇ ਠਾਣ ਲਓ ਕਿ ਦੁਸ਼ਮਣ ਦੇ ਦਲ ਨੂੰ ਉਸ ਨਿਸ਼ਾਨ ਤੋਂ ਅੱਗੇ ਨਹੀਂ ਵਧਣ ਦੇਣਾ, ਉਸ ਨਿਸ਼ਾਨ ਤੋਂ ਪਰੇ ਪਰੇ ਰੱਖਣਾ ਦੁਸ਼ਮਣ ਦੇ ਦਲ ਨੂੰ। ਇਸ ਤਰੀਕੇ ਨਾਲ ਮਹਾਰਾਜ ਜੀ ਨੇ ਸਾਰੀ ਫੌਜ ਨੂੰ ਵਿਉਂਤ ਬੰਦ ਕੀਤਾ ਹੈ। ਸਲਖ ਪ੍ਰਹਾਰ ਹੋ ਅਗਾਰੇ, ਦਲ ਨੂੰ ਭੇਜਿਆ ਅੱਗੇ, ਭਾਈ ਜੱਟੂ ਜੀ ਹੋਣਾ ਨੂੰ ਸਭ ਤੋਂ ਪਹਿਲਾਂ ਮੂਹਰੇ ਭੇਜਿਆ ਹੈ ਕਿ ਤੁਸੀਂ ਭਾਈ ਜੱਟੂ ਜੀ ਜਾਓ, 200 ਸੂਰਮਿਆਂ ਦਾ ਜਥਾ ਇਹਨਾਂ ਦੇ ਨਾਲ ਸੀ, ਅੱਗੇ ਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਆਉਂਦੇ ਹੋਏ ਦੁਸ਼ਮਣ ਨੂੰ ਗੋਲੀਆਂ ਨਾਲ ਭੁੰਨ ਸੁੱਟੋ, ਗੋਲੀਆਂ ਦੀ ਇੱਕੋ ਵਾਰ ਸ਼ਲਖ ਚਲਾ ਦਿਓ। ਨਿਜ ਨਿਜ ਟੋਲ ਭਿਖੈ ਫਿਰ ਰਹੀ ਹੈ, ਔਰ ਸਭ ਨੂੰ ਕਹਿ ਦਿੱਤਾ ਹੈ ਕਿ ਜਿਹੜੇ ਜਿਹੜੇ ਟੋਲੇ ਦੇ ਵਿੱਚ ਜਿਹੜੇ ਸੂਰਮੇ ਨੇ ਉਸੇ ਟੋਲੇ ਵਿੱਚ ਰਹਿੜ ਕੇ ਰਹਿ ਕੇ ਲੜਨ, ਇਹ ਨਹੀਂ ਕਿ ਆਪਣਾ ਟੋਲਾ ਆਪਣਾ ਜਥਾ ਛੱਡ ਕੇ ਦੂਜੇ ਜਥੇ ਵਿੱਚ ਨਹੀਂ ਜਾਣਾ, ਆਪਣੇ ਆਪਣੇ ਜਥੇ ਦੇ ਵਿੱਚ ਰਹਿ ਕਰਕੇ ਲੜਨਾ, ਵਿਉਂਤ ਬੰਦੀ ਦੇ ਨਾਲ ਲੜਨਾ ਹੈ। ਵਾਦ ਬਹੁ ਆਗੈ ਹਤਨ ਨਾ ਕਹੀਐ ਹੈ, ਗੁਰਦੇਵ ਨੇ ਇਹ ਵੀ ਹੁਕਮ ਕੀਤਾ ਕਿ ਕਿਸੇ ਨੇ ਬਹੁਤਾ ਅੱਗੇ ਵੱਧ ਕੇ ਨਹੀਂ ਲੜਨਾ, ਜਦੋਂ ਵਧਣ ਦੀ ਜ਼ਰੂਰਤ ਪਵੇਗੀ ਉਦੋਂ ਵੀ, ਪਰ ਜਦੋਂ ਤੱਕ ਤੁਹਾਨੂੰ ਅੱਗੇ ਸਾਫ ਜਗ੍ਹਾ ਦੀ ਨਜ਼ਰ ਆਉਂਦੀ ਉਦੋਂ ਤੱਕ ਅੱਗੇ ਵੱਧ ਕੇ ਵਾਰ ਨਹੀਂ ਕਰਨਾ, ਕੇਵਲ ਦੁਸ਼ਮਣ ਦਾ ਵਾਰ ਰੋਕਣਾ, ਔਰ ਜਿਸ ਜਗ੍ਹਾ ਤੇ ਖਲੋਤੇ ਉੱਥੇ ਖਲੋ ਕੇ ਦੁਸ਼ਮਣ ਤੇ ਵਾਰ ਕਰਨਾ, ਅੱਗੇ ਨਹੀਂ ਵਧਣਾ। ਇਹ ਮਹਾਰਾਜ ਜੀ ਨੇ ਬਕਾਇਦਾ ਖਾਸ ਕਰਕੇ ਹਦਾਇਤ ਦਿੱਤੀ ਹੈ ਸੂਰਮਿਆਂ ਨੂੰ। ਸੈਨਾਪਤ ਸਭ ਕੋ ਸਮਝਾਏ, ਮਹਾਰਾਜ ਜੀ ਦੇ ਜਿੰਨੇ ਸੈਨਾਪਤੀ ਸਨ ਜਿਹੜੇ ਜਥੇ ਬਣਾਏ, ਉਹਨਾਂ ਜਥਿਆਂ ਦੇ ਜਿਹੜੇ ਜਥੇਦਾਰ ਸਨ, ਭਾਈ ਪਰਾਗਾ ਜੀ, ਭਾਈ ਜੱਟੂ ਜੀ ਵਰਗੇ ਸੂਰਮੇ ਯੋਧੇ, ਉਹਨਾਂ ਨੂੰ ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਨੇ ਖਾਸ ਕਰਕੇ ਹਦਾਇਤ ਕੀਤੀ ਹੈ, ਸਾਰੀ ਵਿਉਂਤ ਬੰਦੀ ਉਹਨਾਂ ਸੂਰਮਿਆਂ ਨੂੰ ਦੱਸੀ ਹੈ। ਅੱਗੇ ਚੱਲੇ ਸੂਰ ਉਮੜਾਏ, ਮਹਾਰਾਜ ਜੀ ਦੇ ਸੂਰਮੇ ਯੋਧੇ ਬਹਾਦਰ ਅੱਗੇ ਜਿਹੜਾ ਡੇਰਾ ਸੀ ਜਿੱਥੇ ਪਹਿਲਾਂ ਪੜਾਅ ਕੀਤਾ ਹੋਇਆ ਸੀ, ਉਸ ਜਗ੍ਹਾ ਤੋਂ ਵੱਧ ਕੇ ਅੱਗੇ ਜੰਗ ਦੇ ਮੈਦਾਨ ਨੂੰ ਮੁਕਰਰ ਕਰਕੇ
ਨਿਸ਼ਾਨ ਚਲਾਉਂਦੇ ਅੱਗੇ ਵਧੇ ਹਨ। ਸ੍ਰੀ ਗੁਰੂ ਸਭ ਕੇ ਬੀਚ ਬਿਰਾਜੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸੂਰਮਿਆਂ ਦੇ ਵਿੱਚ ਬਿਰਾਜਮਾਨ ਹਨ। ਮਨਹੋ ਸੁਰਨ ਮਹ ਸੁਰਪਤ ਛਾਜੈ, ਤਾਂ ਮਹਾਰਾਜ ਜੀ ਆਪਣੇ ਸੂਰਮਿਆਂ ਬਹਾਦਰ ਯੋਧਿਆਂ ਚ ਬਿਰਾਜਮਾਨ ਨੇ, ਜਿਵੇਂ ਦੇਵਤਿਆਂ ਵਿੱਚ ਰਾਜਾ ਇੰਦਰ ਸੁਭਾਏ ਮਾਨ ਹੁੰਦਾ ਹੈ। ਕਹਿ ਯਾਦਵ ਮਹਿ ਹਰ ਗੋਬਿੰਦ, ਯਾਦਵਾਂ ਦੇ ਟੋਲੇ ਦੇ ਵਿੱਚ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਸੁਭਾਏ ਮਾਨ ਹੁੰਦੇ ਹਨ। ਤਿਮ ਸਿੱਖਨ ਮਹਿ ਹਰ ਗੋਬਿੰਦ, ਇਸੇ ਤਰ੍ਹਾਂ ਸਿੱਖਾਂ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ਼ੋਭ ਦੀਕ ਹੋ ਰਹੇ ਹਨ। ਤਨੁਖ ਕਠੋਰ ਹੱਥ ਮੈਂ ਧਾਰਾ, ਗੁਰਦੇਵ ਦੇ ਹੱਥ ਦੇ ਵਿੱਚ ਬੜਾ ਕਠੋਰ ਤਨਖ ਹੈ, ਬੜਾ ਮਜ਼ਬੂਤ ਤਨਖ ਹੈ, ਜਿਹਦੀ ਲੱਠ ਬੜੀ ਮਜ਼ਬੂਤ ਹੈ, ਜਿਹਦੇ ਤੇ ਬੜੀ ਮਜ਼ਬੂਤ ਤੰਦੀ ਚਾੜੀ ਹੋਈ ਹੈ। ਇਹੋ ਜੇ ਬਲ ਵਾਲਾ ਭਾਰੇ ਭਾਰੇ ਤੋਂ ਭਾਰੇ ਬਲ ਵਾਲਾ ਵੀ ਮਹਾਰਾਜ ਜੀ ਦੇ ਤਨਖ ਦੀ ਤੰਦੀ ਨੂੰ ਖਿੱਚ ਨਹੀਂ ਸਕਦਾ। ਇੰਨੀ ਮਜ਼ਬੂਤ ਤੰਦੀ ਹੈ ਕਿ ਉਸ ਤੰਦੀ ਨੂੰ ਕੋਈ ਵੱਡੇ ਤੋਂ ਵੱਡਾ ਬਲਵਾਨ ਵੀ ਖਿੱਚ ਨਹੀਂ ਸਕਦਾ, ਜਿਹੜਾ ਤਨਖ ਮਹਾਰਾਜ ਛੇਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਹੱਥਾਂ ਦੇ ਵਿੱਚ ਹੈ। ਤੀਛਣ ਭੀਛਣ ਈਛਣ ਦੇਖ, ਬੜੇ ਬੜੇ ਭਿਆਨਕ ਤਿੱਖੇ ਤੀਰ ਵੇਖ ਵੇਖ ਕੇ ਮਹਾਰਾਜ ਜੀ ਚੁਣ ਚੁਣ ਕੇ ਤੀਰ ਲੈਂਦੇ ਨੇ, ਬੜੇ ਬੜੇ ਭਿਆਨਕ ਤੇ ਜਿਹੜੇ ਤਿੱਖੇ ਤੀਰ ਨੇ ਉਹਨਾਂ ਨੂੰ ਵੇਖ ਕੇ, ਖਪਰੇ ਤਰਕਸ ਭਰਿਓ ਅਸੇਖ, ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੱਥੇ ਦੇ ਵਿੱਚ ਭਰੇ ਨੇ, ਆਪਣੇ ਪੱਥੇ ਨੂੰ ਨਾ ਤੀਰਾਂ ਦੇ ਨਾਲ ਪੂਰਨ ਤੌਰ ਤੇ ਭਰ ਲਿਆ ਹੈ। ਅਪਰ ਨੇ ਖੰਗ ਸੰਗ ਉਚਵਾਏ, ਔਰ ਬਾਕੀ ਦੇ ਜਿਹੜੇ ਤੀਰ ਸਨ ਉਹ ਤੀਰਾਂ ਦੀਆਂ ਖੱਚਰਾਂ ਭਰਵਾ ਕੇ ਨਾਲ ਲੈ ਲਈਆਂ, ਖੱਚਰਾਂ ਦੇ ਉੱਤੇ ਤੀਰ ਲੱਦੇ ਹੋਏ ਨੇ, ਉਹਨਾਂ ਵਿੱਚੋਂ 94 ਤੀਰ ਚੁਣ ਕੇ ਮਹਾਰਾਜ ਜੀ ਨੇ ਪੱਥੇ ਚ ਪਾ ਕੇ ਬਾਕੀ ਤੀਰ ਵੀ ਆਪਣੇ ਨਾਲ ਲੈ ਲਏ ਹਨ। ਜਬ ਚਾਹੀਏ ਹੈ ਲੈ ਤੁਰਤ ਚਲਾਏ, ਔਰ ਨਾਲ ਇਸ ਕਰਕੇ ਲਏ ਨੇ ਤੀਰ ਕੇ ਜਦੋਂ ਜ਼ਰੂਰਤ ਪਵੇਗੀ ਇਹ ਪੱਥੇ ਦੇ ਤੀਰ ਖਤਮ ਹੋਣਗੇ ਤਾਂ ਨਾਲੋ ਨਾਲ ਇਹ ਤੀਰ ਜਿਹੜੇ ਨੇ ਦੁਬਾਰਾ ਲਏ ਜਾ ਸਕਣ। ਉਹ ਤੀਰਾਂ ਦੇ ਨਾਲ ਭਰੀ ਹੋਈ ਖੁਰਜੀ ਜਿਹੜੀ ਆ ਖੱਚਰ ਦੇ ਉੱਤੇ ਲੱਦੀ ਹੋਈ ਲੈ ਲਈ ਹੈ। ਸ੍ਰੀ ਕਰਤਾਰਪੁਰੈ ਕਰਵਾਏ, ਇਹ ਜਿੰਨੇ ਤੀਰ ਨੇ ਇਹ ਗੁਰਦੇਵ ਨੇ ਸ੍ਰੀ ਕਰਤਾਰਪੁਰ ਸਾਹਿਬ ਚ ਰਹਿ ਕੇ ਤਿਆਰ ਕਰਵਾਏ ਸਨ। ਜਿਹੜੇ ਤੀਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਨ ਉਹ ਤਾਂ ਉੱਥੇ ਹੀ ਜੰਗ ਦੇ ਵਿੱਚ ਸਮਾਪਤ ਹੋ ਗਏ, ਇਹ ਨਵੇਂ ਤੀਰ ਕਢਵਾਏ ਸਨ ਮਹਾਰਾਜ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਕੌਲਾਂ ਜੀ ਨੂੰ ਦਰਸ਼ਨ ਦੇਣ ਆਏ। ਇੱਥੇ ਕੁਝ ਸਮਾਂ ਅਟਕੇ ਨੇ, ਕੁਝ ਸਮਾਂ ਸਤਿਗੁਰੂ ਜੀ ਰਹੇ ਨੇ, ਉਨੇ ਦਿਨਾਂ ਦੇ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਰਹਿ ਕੇ ਤੀਰ ਬਣਵਾਏ ਸਨ। ਸਿੱਖਿਆ ਕੋ ਦੈ ਦੈ ਕਰਵਾਏ, ਬਕਾਇਦਾ ਜਿਹੜੇ ਕਾਰੀਗਰ ਸਨ ਤੀਰਾਂ ਨੂੰ ਬਣਾਉਣ ਵਾਲੇ ਉਹਨਾਂ ਨੂੰ ਆਪ ਸਿੱਖਿਆ ਦੇ ਕੇ ਕਿ ਏਦਾਂ ਦਾ ਤੀਰ ਬਣਾਉਣਾ, ਏਦਾਂ ਦੀ ਸ਼ਕਲ ਹੋਵੇ, ਏਦਾਂ ਦਾ ਵਜਨ ਹੋਵੇ, ਇੰਨੀ ਕੁ ਕਾਨੀ ਹੋਵੇ, ਇੰਨੀ ਕੁ ਬਾਗੜ ਹੋਵੇ। ਕੱਲੇ ਕੱਲੇ ਤੀਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਵੇਖ ਕੇ ਜੋ ਕੇ ਬਣਵਾਉਂਦੇ ਸਨ ਕਾਰੀਗਰਾਂ ਨੂੰ, ਬਕਾਇਦਾ ਆਪ ਹਦਾਇਤ ਦੇ ਕੇ ਮਹਾਰਾਜ ਜੀ ਤੀਰ ਤਿਆਰ ਕਰਵਾਏ ਸਨ। ਸਿਪਰ ਵਿਸ਼ਾਲ ਧਰੀ ਭੁਜ ਮੂਲ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖੱਬੇ ਮੋਢੇ ਦੇ ਉੱਤੇ ਬੜੀ ਵੱਡੀ ਵਿਸ਼ਾਲ ਸਿਪਰ ਕਹਿੰਦੇ ਨੇ ਢਾਲ ਨੂੰ, ਚੰਗੀ ਵੱਡੀ ਢਾਲ ਹੈ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਖੱਬੇ ਮੋਢੇ ਤੇ ਧਾਰਨ ਕੀਤੀ ਹੋਈ ਹੈ। ਸਵਾ ਪਾਂਚ ਸਿਰ ਕੇ ਜਿਸ ਫੁੱਲ, ਖਾਲਸਾ ਜੀ ਇਸ ਢਾਲ ਦੇ ਮੂਹਰੇ ਜਿਹੜੇ ਪੰਜ ਫੁੱਲ ਨੇ, ਵੱਡੇ ਵੱਡੇ ਪੰਜ ਫੁੱਲ ਹੁੰਦੇ ਹੈ। ਇਹ ਢਾਲ ਤੇ ਫੁੱਲ ਤਾਂ ਹੁੰਦੇ ਵੀ ਜਦੋਂ ਇਹਦੇ ਤੇ ਤਲਵਾਰ ਵੱਜੇ
ਤੇ ਉਹ ਸਲਿਪ ਕਰਕੇ ਯੋਧੇ ਨੂੰ ਆ ਕੇ ਨਾ ਵੱਜੇ। ਉਹ ਜਿਹੜੇ ਫੁੱਲ ਨੇ ਢਾਲ ਦੇ ਉੱਤੇ ਉਹ ਤਲਵਾਰ ਦੇ ਵਾਰ ਨੂੰ ਰੋਕਦੇ ਨੇ, ਢਾਲ ਨੂੰ ਵੀ ਕੱਟਣ ਤੋਂ ਰੋਕਦੇ ਨੇ। ਪੁਰਾਣੀਆਂ ਢਾਲਾਂ ਤੁਸੀਂ ਜਦੋਂ ਵੇਖੋਗੇ ਉਹਨਾਂ ਦੇ ਅੱਗੇ ਫੁੱਲ ਬਣੇ ਹੁੰਦੇ ਨੇ, ਪੰਜ ਫੁੱਲ ਬਣੇ ਹੁੰਦੇ, ਚਾਰ ਆਲੇ ਦੁਆਲੇ ਤੇ ਇੱਕ ਵਿਚਕਾਰ ਬਣਿਆ ਹੁੰਦਾ ਹੈ। ਇਹ ਜਿਹੜੇ ਫੁੱਲ ਨੇ ਢਾਲ ਦੇ ਵਿੱਚ, ਖਾਲਸਾ ਜੀ 5.25 ਸੇਰ ਦੇ ਵਜਨ ਦੇ ਤਾਂ ਫੁੱਲ ਹੀ ਫੁੱਲ ਨੇ ਢਾਲ ਤੇ ਸਤਿਗੁਰਾਂ ਦੇ। ਇਹਦਾ ਮਤਲਬ ਜਿਹੜੀ ਢਾਲ ਹੈ ਉਹ ਕਿੰਨੇ ਵਜਨ ਦੀ ਹੋਵੇਗੀ? ਜੇ 5.25 ਸੇਰ ਦੇ ਫੁੱਲ ਨੇ ਤੇ ਸੁਭਾਵਿਕ ਹੈ ਕਿ ਜਿਹੜੀ ਬਾਕੀ ਢਾਲ ਹੈ ਉਹ 15 ਕੁ ਸੇਰ ਦੇ ਵਜਨ ਦੀ ਤਾਂ ਹੋਵੇਗੀ, ਯਾਨੀ ਕਿ 20-22 ਸੇਰ ਦੀ ਤਾਂ ਢਾਲ ਹੀ ਢਾਲ ਸੀ ਜਿਹੜੀ ਛੇਵੇਂ ਪਾਤਸ਼ਾਹ ਆਪਣੇ ਹੱਥ ਵਿੱਚ ਪਕੜਦੇ ਸਨ। ਇਸੇ ਕਰਕੇ ਪੈਂਦੇ ਖਾਂ ਦੇ ਮੂੰਹ ਤੇ ਜਦੋਂ ਮਾਰੀ ਸੀ ਉਹ ਤਾਂ ਹੀ ਬੇਹੋਸ਼ ਹੋ ਕੇ ਡਿੱਗਾ ਸੀ, ਤੇ ਕਿੰਨਾ ਵਜਨ ਹੋਵੇਗਾ ਉਸ ਢਾਲ ਦੇ ਵਿੱਚ? ਕਹਿੰਦੇ 5.25 ਸੇਰ ਦੇ ਤਾਂ ਉਸ ਢਾਲ ਦੇ ਉੱਤੇ ਫੁੱਲ ਨੇ, ਜਿਹੜੀ ਢਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਮੋਢੇ ਤੇ ਧਾਰਨ ਕੀਤੀ ਹੈ। ਖੜਗ ਖੇਤ ਕਰ ਬਾਮੇ ਧਰਨੇ, ਔਰ ਇਹ ਢਾਲ ਕਿੱਥੇ ਕੰਮ ਆਉਂਦੀ ਹੈ? ਜਦੋਂ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਸੱਜੇ ਹੱਥ 'ਚ ਤੇਗ ਫੜੀ ਹੋਵੇ ਤੇ ਬਾਮੇ ਹੱਥ ਦੇ ਵਿੱਚ, ਖੱਬੇ ਹੱਥ ਦੇ ਵਿੱਚ ਇਸ ਢਾਲ ਨੂੰ ਪਕੜ ਕੇ ਵੈਰੀ ਦੇ ਵਾਰ ਨੂੰ ਰੋਕੀਦਾ ਹੈ। ਔਰ ਦੁਸ਼ਮਣ ਵੱਲੋਂ ਕੀਤੇ ਹੋਏ ਵਾਰ ਨੂੰ ਇਸ ਢਾਲ ਤੇ ਰੋਕ ਕੇ ਫਿਰ ਉੱਛੜ ਕੇ ਦੁਸ਼ਮਣ ਤੇ ਵਾਰ ਕੀਤਾ ਜਾਂਦਾ। ਇਹ ਢਾਲ ਜੰਗ ਦੇ ਮੈਦਾਨ ਦੇ ਵਿੱਚ ਬੜਾ ਕੰਮ ਦਿੰਦੀ ਹੈ। ਤਲਵਾਰ ਨੂੰ 50 ਨੰਬਰ ਦਿੱਤੇ ਜਾਂਦੇ ਨੇ। ਆਮ ਕਰਕੇ ਜਿਹੜੇ ਸ਼ਸਤਰਾਂ ਦੇ ਸੂਰਮੇ ਯੋਧੇ ਸ਼ਸਤਰ ਅਭਿਆਸੀ ਨੇ, ਉਹ ਕਹਿੰਦੇ 50 ਨੰਬਰ ਤਲਵਾਰ ਦੇ ਨੇ ਤੇ 50 ਨੰਬਰ ਢਾਲ ਦੇ ਨੇ, ਯਾਨੀ ਕਿ ਸੰਪੂਰਨ ਤਾਂ ਹੁੰਦੀ ਹੈ ਤਲਵਾਰ ਜੇ ਉਹਦੇ ਨਾਲ ਢਾਲ ਵੀ ਹੋਵੇ। ਢਾਲ ਦੇ ਨਾਲ ਦੁਸ਼ਮਣ ਦੇ ਵਾਰ ਨੂੰ ਰੋਕਿਆ ਜਾਂਦਾ ਹੈ ਤੇ ਵਾਰ ਨੂੰ ਰੋਕ ਕੇ ਫਿਰ ਉਹਦੇ ਤੇ ਉੱਛੜ ਕੇ ਵਾਰ ਕੀਤਾ ਜਾਂਦਾ ਹੈ। ਤੋ ਸਤਿਗੁਰੂ ਸੱਚੀ ਪਾਤਸ਼ਾਹ ਨੇ ਐਸੀ ਗੰਢੀਬ ਜਿਹੜੀ ਮਜ਼ਬੂਤ ਢਾਲ ਹੈ ਉਹ ਢਾਲ ਆਪਣੇ ਹੱਥ ਵਿੱਚ ਧਾਰਨ ਕੀਤੀ ਹੋਈ ਹੈ। ਢਾਲਾਂ ਉਹਨਾਂ ਸਮਿਆਂ ਦੇ ਵਿੱਚ ਚਮੜੇ ਦੀਆਂ ਵੀ ਬਣਦੀਆਂ ਸਨ, ਫੁਲਾਦ ਦੇ ਲੋਹੇ ਦੀਆਂ ਵੀ ਬਣਦੀਆਂ ਸਨ। ਜਿਹੜੀ ਫੁਲਾਦੀ ਲੋਹਾ ਉਹਨੂੰ ਕੱਟਣਾ ਔਖਾ ਹੁੰਦਾ ਹੈ, ਤੋ ਫੁਲਾਦ ਦੇ ਲੋਹੇ ਦੀਆਂ ਵੀ ਢਾਲਾਂ ਹੁੰਦੀਆਂ ਸੀ, ਜਾਂ ਜਿਹੜੀ ਗੈਂਡੇ ਦੀ ਚਮੜੀ ਹੁੰਦੀ ਹੈ, ਗੈਂਡੇ ਦੀ ਚਮੜੀ ਇੰਨੀ ਮਜ਼ਬੂਤ ਹੁੰਦੀ ਸੀ ਉਹਦੇ 'ਚੋਂ ਗੋਲੀ ਨਹੀਂ ਸੀ ਨਿਕਲਦੀ। ਅੱਜ ਕੱਲ੍ਹ ਵੀ ਬਹੁਤ ਸਾਰੀਆਂ ਪੁਰਾਤਨ ਉਹ ਢਾਲਾਂ, ਹੁਣ ਤਾਂ ਉਹਨਾਂ ਦੇ ਵਿੱਚ ਇੰਨਾ ਸੱਤ ਨਹੀਂ ਰਿਹਾ ਢਾਲਾਂ ਦੇ ਵਿੱਚ, ਪੁਰਾਣੀਆਂ ਢਾਲਾਂ ਗੈਂਡੇ ਦੇ ਚਮੜੇ ਦੀਆਂ ਬਣੀਆਂ ਹੋਈਆਂ ਮਿਲ ਜਾਂਦੀਆਂ, ਕਈ ਸਿੰਘਾਂ ਦੇ ਕੋਲ ਹੈਣ। ਤੋ ਇਸ ਪ੍ਰਕਾਰ ਨਾਲ ਕਈ ਕਿਸਮਾਂ ਦੀਆਂ ਢਾਲਾਂ ਹੁੰਦੀਆਂ, ਫੁਲਾਦ ਦੀ ਢਾਲ ਹੁੰਦੀ ਸੀ ਬਣੀ ਹੋਈ, ਜਾਂ ਫਿਰ ਕਿਸੇ ਚਮੜੇ ਦੀ ਢਾਲ ਦਾ ਤਿਆਰ ਕੀਤੀ ਜਾਂਦੀ ਸੀ ਵੀ ਜਿਹਨੂੰ ਕੋਈ ਤਲਵਾਰ ਕੱਟ ਨਾ ਸਕੇ, ਗੋਲੀ ਵੀ ਵਿੰਨ ਨਾ ਸਕੇ। ਚੰਦਰਹਾਸ ਚੌਰਾ ਖਰ ਧਾਰਾ, ਖੱਬੇ ਹੱਥ ਦੇ ਵਿੱਚ ਮਹਾਰਾਜ ਜੀ ਦੇ ਕੋਲ ਢਾਲ ਹੈ, ਮੋਢੇ ਤੇ ਧਾਰਨ ਕੀਤੀ ਖੱਬੇ ਮੋਢੇ ਤੇ। ਇਸੇ ਤਰ੍ਹਾਂ ਮਹਾਰਾਜ ਜੀ ਦੇ ਸੱਜੇ ਹੱਥ ਦੇ ਵਿੱਚ ਬੜਾ ਤਿੱਖਾ ਤੇਗਾ ਹੈ, ਚੌੜਾ। ਚੰਦਰਹਾਸ ਕਹਿੰਦੇ ਨੇ ਵੀ ਤੇਗੇ ਨੂੰ, ਬੜਾ ਚੌੜਾ ਤੇਗਾ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥਾਂ ਦੇ ਵਿੱਚ, ਜਿਹੜਾ ਸਤਿਗੁਰਾਂ ਨੇ ਗਾਤਰੇ ਧਾਰਨ ਕੀਤਾ ਹੈ। ਗੁਰਦੇਵ ਦੇ ਜੇ ਤੇਗੇ ਦੇ ਦਰਸ਼ਨ ਕਰਦੇ ਹੋਣ, ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਮਹਾਰਾਜ ਜੀ ਦਾ ਤੇਗਾ ਸੁਭਾਏ ਮਾਨ ਹੈ। ਇੱਕ ਚੌੜਾ ਤੇਗਾ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਰਿਵਾਰ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ, ਜਿਹੜਾ ਅੱਜ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਵੰਸ਼ ਦੇ ਪਾਸ ਸੁਰ ਸਿੰਘ ਨਗਰ ਦੇ ਵਿੱਚ ਸੁਭਾਏ ਮਾਨ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਬੜਾ ਚੌੜਾ ਤੇਗਾ ਹੈ ਔਰ ਬੜਾ
ਤਿੱਖੀ ਧਾਰ ਵਾਲਾ ਤੇਗਾ, ਏਦਾਂ ਦਾ ਤੇਗਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਗਾਤਰੇ ਧਾਰਨ ਕੀਤਾ ਹੈ। ਦੀਰਘ ਹੋਤੋ ਤਿਪਤ ਘਰ ਧਾਰਾ, ਦੀਰਘ ਹੋਤੋ ਚੌੜਾ ਤੇਗਾ ਸੀ ਔਰ ਉਹਦਾ ਵੀ ਚੰਗਾ ਵਜਨ ਸੀ, ਜਿਹੜਾ ਆਪਣੇ ਵਜਨ ਦੇ ਨਾਲ ਹੀ ਬਹਿੰਦਾ ਤੁਰਿਆ ਜਾਂਦਾ, ਇਹੋ ਜਿਹਾ ਤੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਗਾਤਰੇ ਸਜਾਇਆ ਹੈ। ਇੱਕ ਹੱਥ ਮੈਂ ਬਾਗ ਉਠਾਏ, ਇੱਕ ਹੱਥ ਮੈਂ ਬਾਗ ਉਠਾਏ, ਇੱਕ ਹੱਥ ਵਿੱਚ ਖੱਬੇ ਹੱਥ ਵਿੱਚ ਮਹਾਰਾਜ ਜੀ ਦੇ ਘੋੜੇ ਦੀ ਵਾਗ ਫੜੀ ਹੋਈ ਹੈ ਔਰ ਘੋੜੇ ਦੀ ਵਾਗ ਨੂੰ ਚੁੱਕਿਆ ਹੋਇਆ ਘੋੜਾ ਤੋਰਨ ਵਾਸਤੇ ਪ੍ਰੇਰਨ ਲਈ। ਦੁਸ਼ਮਨ ਦਲ ਦਿਸ ਦ੍ਰਿਸ਼ਟ ਚਲਾਏ, ਘੋੜੇ ਦੀ ਵਾਗ ਇੱਕ ਹੱਥ ਵਿੱਚ ਫੜੀ ਹੈ ਔਰ ਮਹਾਰਾਜ ਜੀ ਦੂਰੋਂ ਦੁਸ਼ਮਣ ਦੇ ਦਲ ਵੱਲ ਵੇਖ ਰਹੇ ਨੇ, ਦੁਸ਼ਮਣ ਦੀ ਫੌਜ ਵੱਲ ਵੇਖ ਰਹੇ ਨੇ। ਮੇਰੇ ਸਾਹਿਬ ਚਾਹੁਣ ਨਾ ਤੇ ਕੇਵਲ ਥੋੜੀ ਜਿਹੀ ਭਰਿਕੁੱਟੀ ਟੇਢੀ ਕਰਕੇ ਵੇਖਣ ਦੁਸ਼ਮਣ ਦੇ ਦਲ ਵੱਲ ਤੇ ਉਹਨੂੰ ਗਰਕ ਕਰ ਸਕਦੇ ਨੇ ਵੇਖਣ ਮਾਤਰ ਨਾਲ ਹੀ। ਪਰ ਮੇਰੇ ਗੁਰਦੇਵ ਨੇ ਇੱਥੇ ਕੋਈ ਆਪਣੀ ਅਜ਼ਮਤ ਨਹੀਂ ਵਿਖਾਈ, ਕੇਵਲ ਸਰੀਰਕ ਤਲ ਦੇ ਉੱਤੇ ਮਹਾਰਾਜ ਜੀ ਨੇ ਆਪਣੇ ਸੂਰਮਿਆਂ ਸਿੱਖਾਂ ਨੂੰ ਲੜਨਾ ਸਿਖਾਇਆ ਕਿ ਸਰੀਰਕ ਤਲ ਦੇ ਉੱਤੇ ਬਲ ਦੇ ਨਾਲ ਕਿਵੇਂ ਜੰਗ ਦੇ ਮੈਦਾਨ 'ਚ ਜੂਝਿਆ ਜਾਂਦਾ, ਲੜਿਆ ਜਾਂਦਾ, ਹੌਸਲਿਆਂ ਨਾਲ ਲੜਾਈਆਂ ਹੁੰਦੀਆਂ, ਜੰਗ ਹੁੰਦੇ ਹੈ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਉਂਦੇ ਹੋਏ ਵੈਰੀ ਦੇ ਦਲ ਨੂੰ ਤੱਕ ਰਹੇ ਨੇ, ਵੇਖ ਰਹੇ ਨੇ, ਘੋੜੇ ਤੇ ਬੈਠੇ ਨੇ। ਜੱਟੂ ਗਇਓ ਸੈਨ ਲੈ ਸੰਗ, ਸਭ ਤੋਂ ਪਹਿਲਾਂ ਸਭ ਤੋਂ ਮੂਹਰੇ ਹੋ ਕੇ ਭਾਈ ਸਾਹਿਬ ਭਾਈ ਜੱਟੂ ਜੀ 200 ਸੂਰਮਿਆਂ ਦਾ ਜਥਾ ਲੈ ਕੇ ਅੱਗੇ ਵਧੇ ਹਨ। ਤੁਪਕ ਪ੍ਰਹਾਰਤ ਛੇਰਿਓ ਜੰਗ, ਇਹਨਾਂ ਨੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਦਾਗੀਆਂ, 200 ਬੰਦੂਕਾਂ ਇਕੱਠੀਆਂ ਚੱਲੀਆਂ, ਸ਼ਲਖ ਚੱਲੀ ਹੈ, ਇਹਨੂੰ ਸ਼ਲਖ ਕਹਿੰਦੇ ਨੇ। ਜਦੋਂ 200 ਬੰਦੂਕਾਂ ਇਕੱਠੀਆਂ ਭਰ ਕੇ ਇਕੱਠੀਆਂ ਇੱਕੋ ਦਾਗ ਦਿੱਤੀਆਂ ਜਾਣ ਉਹਨੂੰ ਸ਼ਲਖ ਕਹਿੰਦੇ ਹੈ। ਤੋ ਇਸ ਪ੍ਰਕਾਰ ਨਾਲ ਸ਼ਲਖ ਚਲਾ ਕੇ ਪਹਿਲਾਂ ਜੰਗ ਦੇ ਮੈਦਾਨ ਨੂੰ ਗਰਮਾਇਆ ਭਾਈ ਜੱਟੂ ਨੇ। ਠਹਾ ਠਹੀ ਬੰਦੂਕਾਂ ਹੋਏ, ਬੰਦੂਕਾਂ ਦੀ ਠਹਾ ਠਹੀ ਹੋਈ ਹੈ। ਇੱਧਰੋਂ ਜੇ ਭਾਈ ਜੱਟੂ ਨੇ ਗੋਲੀਆਂ ਦਾਗੀਆਂ ਨੇ ਤਾਂ ਉੱਧਰੋਂ ਵੈਰੀ ਦਲ ਦੇ ਕੋਲ ਵੀ ਤਾਂ ਬੰਦੂਕਾਂ ਨੇ, ਉਹਨਾਂ ਵੀ ਅੱਗੋਂ ਗੋਲੀਆਂ ਚਲਾਈਆਂ, ਗੋਲੀਆਂ ਦਾਗੀਆਂ, ਠਾਹਾ ਠਹੀ ਹੋਈ ਹੈ। ਫੇਰਤ ਹੈ ਬੜ ਯੋਧਾ ਸੋਏ, ਭਾਈ ਜੱਟੂ ਜੀ ਬੜੇ ਯੋਧੇ ਸੂਰਮੇ ਬਹਾਦਰ ਨੇ ਔਰ ਬੜੀ ਦਲੇਰੀ ਨਾਲ ਜੰਗ ਦੇ ਮੈਦਾਨ ਦੇ ਵਿੱਚ ਘੋੜੇ ਨੂੰ ਫੇਰਦੇ ਹਨ। ਨਿਕਸ ਗੋਲ ਤੇ ਲਰਤ ਅਗਾਰੇ, ਔਰ ਜਿਹੜਾ ਇਹਨਾਂ ਦਾ ਗੋਲ ਚੱਕਰ ਘੇਰਾ ਹੈ ਸੂਰਮਿਆਂ ਦਾ, ਉਸ ਗੋਲ ਚੱਕਰ ਦੇ ਘੇਰੇ ਵਿੱਚੋਂ ਮੂਹਰੇ ਹੋ ਕੇ ਭਾਈ ਜੱਟੂ ਜੀ ਲੜਦੇ ਹਨ। ਤਰੰਗ ਤਵਾਏ ਤੁਫੰਗ ਪ੍ਰਹਾਰੇ, ਘੋੜਾ ਦੌੜਾ ਕੇ ਬੜੀ ਤੇਜ਼ੀ ਨਾਲ ਭਾਈ ਸਾਹਿਬ ਭਾਈ ਜੱਟੂ ਜੀ ਬੰਦੂਕ ਦੀ ਗੋਲੀ ਦਾਗ ਦੇ, ਬੰਦੂਕ ਚਲਾਉਣ ਵਿੱਚ ਬੜੇ ਮਾਹਰ ਸੀ ਭਾਈ ਜੱਟੂ ਜੀ, ਗੋਲੀ ਚਲਾਉਣ ਦੇ ਵਿੱਚ ਇਹਨਾਂ ਵਰਗਾ ਕੋਈ ਸਾਨੀ ਨਹੀਂ ਸੀ ਸੂਰਮਾ। ਤੋ ਭਾਈ ਜੱਟੂ ਜੀ ਘੋੜਾ ਅੱਗੇ ਪ੍ਰੇਰ ਕੇ ਲਿਜਾਂਦੇ ਤੇ ਗੋਲੀ ਦਾਗਦੇ ਹਨ। ਜੱਟੂ ਕਰਿਓ ਨੇਰ ਜਿਸ ਕਾਲਾ, ਇਸ ਤਰ੍ਹਾਂ ਜਦੋਂ ਭਾਈ ਜੱਟੂ ਜੀ ਵੈਰੀ ਦੇ ਦਲ ਦੇ ਨੇੜੇ ਹੋ ਟੁਕੇ, ਲਾਗਤ ਗੁਲਪਾ ਰਿਦੇ ਕਰਾਲਾ, ਔਰ ਇਹੋ ਜਿਹੀਆਂ ਗੋਲੀਆਂ ਦਾਗਦੇ ਆ ਦੁਸ਼ਮਣ ਦੇ ਦਲ ਉੱਤੇ ਕਿ ਉਹਨਾਂ ਦੀਆਂ ਛਾਤੀਆਂ ਨੂੰ ਗੋਲੀਆਂ ਚੀਰਦੀਆਂ ਜਾਂਦੀਆਂ ਹਨ। ਪਾਦੜੇ ਛੰਦ ਬਹੁ ਵਧਿਓ ਅਦਕ ਜੱਟੂ ਸਬੀਰ, ਭਾਈ ਜੱਟੂ ਜੋ ਮਹਾਨ ਯੋਧੇ ਵੀਰ ਨੇ ਜੰਗ ਦੇ ਮੈਦਾਨ ਦੇ ਵਿੱਚ ਕਾਫੀ ਅੱਗੇ ਵੱਧ ਗਏ ਹਨ। ਤੇਹ ਦੇਖ ਮੁਹੰਮਦ ਖਾਨ ਧੀਰ, ਮਹਾਰਾਜ ਜੀ ਨੇ ਹਾਲਾਂਕਿ ਵਰਜਿਆ ਸੀ ਵੀ ਅੱਗੇ ਵੱਧ ਕੇ ਨਹੀਂ ਜਾਣਾ, ਆਪਣੇ ਪੈਰਾਂ ਤੇ ਖਲੋ ਕੇ ਲੜਨਾ। ਪਰ ਸੂਰਮਿਆਂ ਵਿੱਚ ਚਾਅ ਇੰਨਾ ਹੁੰਦਾ, ਲੜਨ ਦਾ ਉਤਸ਼ਾਹ ਇੰਨਾ ਹੁੰਦਾ ਮਹਾਰਾਜ ਜੀ ਦਾ, ਜਿਹੜੇ ਸੂਰਮੇ ਨੇ ਵੀ ਉਹ ਬਦੋ ਬਦੀ ਅੱਗੇ ਵੱਧ ਕੇ ਜਾਂਦੇ ਹਨ।
ਭਾਈ ਜੱਟੂ ਜੀ ਜਦੋਂ ਅੱਗੇ ਵਧੇ ਤੇ ਵੈਰੀ ਦਲ ਦਾ ਜਿਹੜਾ ਸੂਰਮਾ ਸੀ ਮੁਹੰਮਦ ਖਾਨ, ਇਹਦੇ ਨਾਲ ਵੀ 1000 ਫੌਜ ਦਾ ਜਥਾ ਸੀ। ਮੁਹੰਮਦ ਖਾਨ ਨੇ ਭਾਈ ਜੱਟੂ ਨੂੰ ਅੱਗੇ ਵਧਦਾ ਆਉਂਦਾ ਵੇਖਿਆ, ਲੈ ਸੰਗ ਸਹਸਰਾ ਅਗਰ ਚਾਲ, 1000 ਫੌਜ ਦਾ ਜਥਾ ਲੈ ਕੇ ਮੁਹੰਮਦ ਖਾਨ ਭਾਈ ਜੱਟੂ ਨੂੰ ਰੋਕਣ ਲਈ, ਭਾਈ ਜੱਟੂ ਦਾ ਮੁਕਾਬਲਾ ਕਰਨ ਵਾਸਤੇ ਅੱਗੇ ਆਇਆ। ਤੁਪਕ ਨਾਦਤ ਕਰਾਲ, ਘੋੜਿਆਂ ਨੂੰ ਫਾਂਦਦਾ ਚਲਾਉਂਦਾ ਤੇ ਗੋਲੀਆਂ ਦਾਗਦਾ ਤੇ ਗੋਲੀਆਂ ਦੇ ਚੱਲਣ ਦੀ ਆਵਾਜ਼ ਆਉਂਦੀ ਹੈ। ਲੱਗ ਗਿਰਤ ਸੁਪੱਟ ਘਾਇਲ ਘੁਮੰਦ, ਜਿਹੜੇ ਵੀ ਸੁਪੱਟ ਸੂਰਮੇ ਨੂੰ ਗੋਲੀ ਵੱਜਦੀ ਆ, ਧੜੰਮ ਦੇ ਕੇ ਘੋੜੇ ਤੋਂ ਡਿੱਗ ਪੈਂਦਾ ਜਾਂ ਮਰ ਜਾਂਦਾ ਹੈ, ਜਾਂ ਫਿਰ ਘਾਇਲ ਤੇ ਜ਼ਖਮੀ ਹੋ ਕੇ ਤੜਫਦਾ ਹੈ। ਪਰ ਮਾਰ ਮਾਰ ਉਪਰ ਪ੍ਰੰਤ, ਮਾਰ ਲਓ ਮਾਰ ਲਓ, ਮਾਰ ਬਕਾਰਾ ਕਰਦੇ ਇੱਕ ਦੂਜੇ ਤੇ ਟੁੱਟ ਟੁੱਟ ਕੇ ਪੈਂਦੇ ਸੂਰਮੇ, ਕਚੀਚੀਆਂ ਵੱਟ ਵੱਟ ਕੇ ਮਾਰਦੇ ਹਨ। ਕੁਛ ਢਰਿਓ ਭਾਨ ਤਬ ਦਿਓਸ ਮੱਧ, ਕਹਿੰਦੇ ਕੁਝ ਕੁ ਸੂਰਜ ਉਸ ਵੇਲੇ ਢਲ ਚੁੱਕਾ ਸੀ, ਸ਼ਾਮਾਂ ਦਾ ਵੇਲਾ ਪੈ ਚੁੱਕਾ ਸੀ। ਫਿਰ ਪਰੇ ਸੂਰ ਚਹਿ ਜੀਤ ਜੁੱਤ, ਸੂਰਮੇ ਯੋਧੇ ਆਪਸ ਵਿੱਚ ਭਿੜ ਗਏ ਨੇ ਔਰ ਭਿੜਦਿਆਂ ਹੋਇਆਂ ਦੋਹਾਂ ਪਾਸਿਆਂ ਦੇ ਸੂਰਮੇ ਜਿੱਤ ਚਾਹੁੰਦੇ ਨੇ, ਦੋਹਾਂ ਪਾਸਿਆਂ ਦੇ ਸੂਰਮੇ ਮੈਦਾਨੇ ਜੰਗ ਵਿੱਚ ਫਤਿਹ ਹਾਸਲ ਕਰਨਾ ਚਾਹੁੰਦੇ ਨੇ। ਕੜਕੰਤ ਦੇਹੇ ਛੁਟਕੰਤ ਜਵਾਲ, ਔਰ ਬੰਦੂਕਾਂ ਦੀਆਂ ਗੋਲੀਆਂ ਜਦੋਂ ਚੱਲਦੀਆਂ ਨੇ ਮਾਨੋ ਜਵਾਲਾ ਬੰਬੜੀਆਂ ਫਟਦੀਆਂ ਨੇ, ਮਾਨੋ ਜਵਾਲਾ ਮੁਖੀਆਂ ਫਟ ਜਾਂਦੀਆਂ ਹਨ। ਬਸ ਅੰਤ ਬਹਰ ਬਾਰੂਦ ਡਾਲ, ਇੱਕ ਵਾਰ ਗੋਲੀ ਨੂੰ ਦਾਗ ਕੇ ਮੁੜ ਕੇ ਫਿਰ ਬੰਦੂਕਾਂ ਤਿਆਰ ਕਰਦੇ, ਗੋਲੀਆਂ ਪਾ ਕੇ ਬਰੂਦ ਪਾ ਕੇ ਗਜਾਂ ਦੇ ਨਾਲ ਉਹਨਾਂ ਗੋਲੀਆਂ ਨੂੰ ਠੋਕ ਕੇ ਬੰਦੂਕਾਂ ਤਿਆਰ ਕਰਦੇ ਹਨ। ਸ਼ਨਕੰਤ ਲਗਤ ਗਜ ਫੇਰ ਫੇਰ, ਜਦੋਂ ਗਜ ਦੇ ਨਾਲ ਬੰਦੂਕਾਂ ਦੇ ਵਿੱਚ ਬਰੂਦ ਠੋਕਦੇ ਨੇ, ਗੋਲੀ ਠੋਕਦੇ ਨੇ, ਬਰੂਦ ਠੋਕਦੇ ਨੇ, ਉਸ ਵੇਲੇ ਗਜਾਂ ਦੇ ਖੜਕਣ ਦੀ ਆਵਾਜ਼ ਆਉਂਦੀ ਹੈ ਬੰਦੂਕਾਂ ਦੇ ਵਿੱਚੋਂ। ਗੁਲਪਾਨ ਠੋਕ ਰਿਪ ਹੇਰ ਹੇਰ, ਔਰ ਗੋਲੀਆਂ ਠੋਕ ਕੇ ਸਾਹਮਣੇ ਦੁਸ਼ਮਣ ਨੂੰ ਵੇਖ ਵੇਖ ਕੇ ਭਾਈ ਜੱਟੂ ਜੀ ਗੋਲੀਆਂ ਦਾਗਦੇ ਨੇ। ਤਰ ਅੰਤ ਸਿਸਤ ਤੋਰਾ ਸੁਜੋਰ, ਔਰ ਕਹਿੰਦੇ ਸਿਸਤ ਬੰਨ ਕੇ ਤੋਰਾ ਜੋੜ ਕੇ ਤੋੜਾ ਤੁਖਾ ਕੇ ਚਲਾਉਂਦੇ ਹਨ। ਤੁਖੇ ਅੰਤ ਪਲੀਤਾ ਠੌਰ ਠੌਰ, ਤੋੜਾ ਜੋੜ ਕੇ ਫਿਰ ਪਲੀਤਾ ਤੁਖਾਉਂਦੇ ਤੇ ਠੌਰ ਠੌਰ ਨਿਸ਼ਾਨਾ ਮਾਰ ਕੇ ਗੋਲੀ ਦਾਗਦੇ ਨੇ। ਬਹੁ ਸ਼ਬਦ ਤੜਾ ਭੜ ਹੋਣ ਲਾਗ, ਬੜਾ ਜ਼ਿਆਦਾ ਭਿਆਨਕ ਸ਼ਬਦ ਤੇ ਨਾਦ ਉੱਠਦਾ ਜਦੋਂ ਭਾਈ ਜੱਟੂ ਦੀ ਬੰਦੂਕ ਚੱਲਦੀ ਹੈ, ਗੋਲੀ ਦਗਦੀ ਹੈ। ਛੁੱਟ ਗੁਲਕਾਂ ਜਵਾਲਾ ਜਾਗ ਜਾਗ, ਔਰ ਅੱਗ ਜਾਗ ਜਾਗ ਕੇ ਗੋਲੀਆਂ ਛੱਡਦੀ ਹੈ। ਕਹਿੰਦੇ ਜਦੋਂ ਗੋਲੀ ਛੁੱਟਦੀ ਹੈ ਮਾਨੋ ਜਿਵੇਂ ਅੱਗ ਹੀ ਉਗਲਦੀ ਹੋਵੇ ਬੰਦੂਕ, ਏਦਾਂ ਵਿੱਚੋਂ ਭਾਂਬੜ ਨਿਕਲਦੇ ਹਨ। ਬੜ ਉੱਠਿਓ ਧੂਮ ਲਿਓ ਗਗਨ ਛਾਏ, ਇੰਨਾ ਧੂਆਂ ਉੱਠਿਆ ਉਹਨਾਂ ਬੰਦੂਕਾਂ ਦੀਆਂ ਗੋਲੀਆਂ ਦੇ ਚੱਲਣ ਦਾ ਵੀ, ਉਹ ਧੂਆਂ ਉੱਡ ਕੇ ਆਕਾਸ਼ ਨੂੰ ਚੜਿਆ ਹੈ। ਰਜ ਚੜੇ ਉਰਦ ਰਵ ਨਹਿ ਦਿਖਾਏ, ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਉੱਡ ਕੇ ਆਕਾਸ਼ ਨੂੰ ਚੜੀ ਹੈ, ਆਕਾਸ਼ ਵਿੱਚ ਚੜਿਆ ਹੋਇਆ ਸੂਰਜ ਨਜ਼ਰ ਨਹੀਂ ਆਉਂਦਾ। ਘਟ ਭਿਰੇ ਭੇਰ ਲਲਕਾਰ ਬੋਲ, ਸੂਰਮੇ ਆਪਸ ਵਿੱਚ ਭਿੜ ਗਏ ਨੇ, ਇੱਕ ਦੂਜੇ ਨੂੰ ਲਲਕਾਰਦਿਆਂ ਹੋਇਆ ਇੱਕ ਦੂਜੇ ਤੇ ਵਾਰ ਕਰਦੇ ਨੇ। ਇਤ ਉਤ ਤਵਾਏ ਪਰ ਗਿਰਤ ਢੋਲ, ਇਧਰ ਉਧਰ ਘੋੜਿਆਂ ਨੂੰ ਦੜਾਉਂਦੇ ਨੇ, ਟੋਰਦੇ ਨੇ,
ਔਰ ਬੜੇ ਬਲ ਦੇ ਨਾਲ ਮਾਰਦੇ ਹਨ। ਲਗਾਏ ਸੂਰ ਇਮ ਆਪ ਮਾਂ, ਸੂਰਮੇ ਲੜਦੇ ਲੜਦੇ ਆਪਸ ਵਿੱਚ ਮਿਲ ਗਏ ਨੇ, ਆਪਸ ਵਿੱਚ ਜੁਟ ਗਏ ਨੇ ਲੜਦਿਆਂ ਲੜਦਿਆਂ, ਆਮੋ ਸਾਹਮਣੇ ਹੋ ਕੇ ਲੜਨ ਲੱਗੇ ਹਨ। ਦੋਵੇਂ ਨਦੀ ਬਹਿਤ ਇੱਕ ਥਾਨ ਜਾਹੇ, ਏਦਾਂ ਦੋਵੇਂ ਦਲ ਆਪਸ ਵਿੱਚ ਮਿਲੇ ਨੇ ਮਾਨੋ ਜਿਵੇਂ ਦੋ ਨਦੀਆਂ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਂਦੀਆਂ ਹੋਣ। ਜਿਵੇਂ ਇਲਾਹਾਬਾਦ ਸੰਗਮ ਹੁੰਦਾ ਨਾ, ਗੰਗਾ ਤੇ ਜਮਨਾ ਦੋਵੇਂ ਆਪਸ ਵਿੱਚ ਮਿਲ ਜਾਂਦੀਆਂ ਨੇ, ਸਰਸਵਤੀ ਤੀਜੀ ਨਦੀ ਇਹਦੇ ਵਿੱਚ ਆ ਮਿਲਦੀ ਹੈ ਗੁਪਤ ਰੂਪ ਚ। ਕਹਿੰਦੇ ਦੋ ਨਦੀਆਂ ਦਾ ਜਿਵੇਂ ਸੰਗਮ ਹੁੰਦਾ, ਏਦਾਂ ਦੋਵਾਂ ਪਾਸਿਆਂ ਦੇ ਦਲ ਦੇ ਸੂਰਮੇ ਆਪਸ ਵਿੱਚ ਰਲੇ ਨੇ, ਮਿਲ ਕੇ ਲੜਨ ਲੱਗੇ, ਆਮੋ ਸਾਹਮਣੇ ਬਿਲਕੁਲ ਨੇੜੇ ਹੋ ਗਏ ਨੇ। ਤੁਰਕਾਨ ਸੈਨ ਉਮਟੀ ਬਸਾਲ, ਲੋਕਾਂ ਦੀ ਫੌਜ ਦੀ ਗਿਣਤੀ ਸੁਭਾਵਕ ਸੀ ਜ਼ਿਆਦਾ ਹੈ, ਇੱਧਰ ਭਾਈ ਜੱਟੂ ਜੀ ਦੇ ਨਾਲ ਸੂਰਮਿਆਂ ਦੀ ਗਿਣਤੀ ਥੋੜੀ ਹੈ, ਉਹ ਉਮੜ ਕੇ ਇਕਦਮ ਸਾਰੀ ਚੜ ਕੇ ਆ ਗਏ। ਲਤਾਨ ਮਾਰ ਗੇਰੇ ਉਤਾਲ, ਭਾਈ ਜੱਟੂ ਦੇ ਨਾਲ ਦੇ ਸੂਰਮਿਆਂ ਨੇ ਇੰਨੀਆਂ ਗੋਲੀਆਂ ਦਾਗੀਆਂ, ਮਾਰ ਮਾਰ ਗੋਲੀਆਂ ਅਨੇਕਾਂ ਬੈਰੀਆਂ ਨੂੰ ਉਛਲ ਉਛਲ ਕੇ ਜ਼ਮੀਨ ਤੇ ਸੁੱਟਦੇ ਨੇ। ਜੱਟੂ ਪ੍ਰਚੰਡ ਕੋ ਘੇਰ ਲੈਣਾ, ਲੜਦਿਆਂ ਲੜਦਿਆਂ ਭਾਈ ਜੱਟੂ ਜੀ ਇੰਨਾ ਅੱਗੇ ਜਾ ਕੇ ਵੱਧ ਗਏ ਕਿ ਵੈਰੀ ਦੇ ਦਲ ਦੇ ਵਿੱਚ ਤਕਰੀਬਨ ਘੇਰੇ ਵਿੱਚ ਆ ਗਏ, ਦੁਸ਼ਮਣ ਦੇ ਦਲ ਦੇ ਘੇਰੇ ਵਿੱਚ ਭਾਈ ਸਾਹਿਬ ਭਾਈ ਜੱਟੂ ਜੀ ਪਹੁੰਚ ਗਏ। ਤੁਰੰਗਨ ਤਵਾਏ ਆਗੇ ਸੁਕੀਨ, ਘੋੜਾ ਦੁੜਾ ਕੇ ਅੱਗੇ ਕਰ ਲਿਆ ਭਾਈ ਜੱਟੂ ਜੀ ਨੇ, ਵੱਧ ਗਏ ਬਹੁਤ ਕਰ ਮਾਰ ਮਾਰ, ਮਾਰਦਿਆਂ ਮਾਰਦਿਆਂ ਗੋਲੀਆਂ ਦਾਗਦਿਆਂ ਦਾਗਦਿਆਂ ਭਾਈ ਜੱਟੂ ਜੀ ਦੁਸ਼ਮਣ ਦੇ ਐਨ ਘੇਰੇ ਦੇ ਵਿੱਚ ਚਲੇ ਗਏ। ਓਏ ਨਿਕਟ ਜਾਏ ਤੁਪਕਨ ਪ੍ਰਹਾਰ, ਹੋਰ ਜਾ ਜਾ ਕੇ ਭਾਈ ਜੱਟੂ ਜੀ ਮਾਰ ਮਾਰ ਗੋਲੀਆਂ ਦੁਸ਼ਮਣਾਂ ਨੂੰ ਥੱਲ ਕੇ ਜ਼ਮੀਨ ਤੇ ਸੁੱਟਦੇ, ਆਪਣੇ ਆਪ ਨੂੰ ਬਚਾ ਕੇ ਗੋਲੀ ਦਾਗਦੇ ਹਨ। ਤਬ ਕਹਿਓ ਮੁਹੰਮਦ ਖਾਨ ਦੇਖ, ਮੁਹੰਮਦ ਖਾਨ ਨੇ ਵੇਖਿਆ ਜਦੋਂ ਭਾਈ ਜੱਟੂ ਇਹਨਾਂ ਦੇ ਘੇਰੇ ਦੇ ਨੇੜੇ ਆ ਗਿਆ, ਘੇਰੇ ਵਿੱਚ ਘਿਰ ਗਿਆ ਇਹਨਾਂ ਦੇ ਗੋਲ ਚੱਕਰ ਦੇ ਵਿੱਚ, ਤੇ ਮੁਹੰਮਦ ਖਾਨ ਵੇਖ ਕੇ ਭਾਈ ਜੱਟੂ ਨੂੰ ਬੋਲਿਆ, ਇਨ ਲੇਹੋ ਪ੍ਰਿਥਕ ਕਰ ਜੇ ਅਸੇਖ, ਲੱਗਾ ਵੀ ਆ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਜਰਨੈਲ ਜਾਪਦਾ, ਇਹਨੂੰ ਆਪਣੇ ਦਲ ਤੋਂ ਵੱਖਰਾ ਕਰ ਲਓ, ਇਹਦੇ ਸੂਰਮਿਆਂ ਤੋਂ ਵੱਖਰਾ ਕਰਕੇ ਇਹਨੂੰ ਖਦੇੜ ਕੇ ਇੱਕ ਪਾਸੇ ਲੈ ਚੱਲੋ। ਭਟ ਅਗਰ ਰੋਕ ਬਹੁ ਸਾਵਧਾਨ, ਇਹਨੇ ਸਾਡੇ ਸਾਰੇ ਸੂਰਮਿਆਂ ਨੂੰ ਅੱਗੇ ਹੋ ਕੇ ਰੋਕਿਆ ਹੋਇਆ, ਮੂਹਰੇ ਹੋ ਕੇ ਰੋਕਿਆ ਹੋਇਆ, ਇਹਨੂੰ ਪਹਿਲਾਂ ਸਾਵਧਾਨੀ ਦੇ ਨਾਲ ਇੱਕ ਪਾਸੇ ਕਰ ਲਓ। ਇੱਕ ਵਾਰ ਪਰੋ ਸਭ ਕਰੋ ਹਾਨ, ਇੱਕੋ ਵਾਰ ਸਾਰੇ ਇਹਨਾਂ ਤੇ ਹਮਲਾ ਕਰ ਦਿਓ, ਜ਼ੋਰ ਦੇ ਨਾਲ ਇਹਨੂੰ ਮਾਰ ਮੁਕਾਓ। ਸੁਨ ਸੈਨ ਪਤੀ ਕੇ ਵਾਕ ਵੀਰ, ਮੁਹੰਮਦ ਖਾਨ ਦੇ ਇਹ ਬੋਲ ਸਾਰੇ ਸੂਰਮਿਆਂ ਨੇ ਜਿਹੜੀ ਇੱਕ ਹਜ਼ਾਰੇ ਦੀ ਫੌਜ ਨਾਲ ਸੀ, ਜਿਹਨਾਂ ਚੋਂ ਬਹੁਤੇ ਮਾਰੇ ਵੀ ਜਾ ਚੁੱਕੇ ਨੇ, ਉਹਨਾਂ ਨੇ ਇੱਕਦਮ ਆਪਣੇ ਆਪ ਨੂੰ ਸੰਭਾਲਿਆ ਹੈ। ਫਿਰ ਗਏ ਅਗਰ ਲਿਓ ਘੇਰ ਧੀਰ, ਔਰ ਇਹਨਾਂ ਨੇ ਚਾਰੇ ਪਾਸੇ ਫਿਰ ਕੇ ਭਾਈ ਸਾਹਿਬ ਭਾਈ ਜੱਟੂ ਜੀ ਨੂੰ ਘੇਰੇ ਵਿੱਚ ਲੈ ਲਿਆ, ਇਹਨਾਂ ਦੇ ਨਾਲ ਕੁਝ ਕੁ ਸੂਰਮੇ ਹੋਰ ਵੀ ਘੇਰੇ ਵਿੱਚ ਘਿਰ ਗਏ ਹਨ। ਜੱਟੂ ਨਾ ਤਰਾਸ ਚਿੱਤ ਤਨ ਕਕੀਨ, ਘੇਰੇ ਵਿੱਚ ਘਿਰੇ ਹੋਏ ਭਾਈ ਜੱਟੂ ਨੇ ਫਿਰ ਵੀ ਆਪਣੇ ਮਨ ਚ ਤਰਾਸ ਨਹੀਂ ਮੰਨਿਆ, ਵੇਖਿਆ ਵੀ ਮੈਂ ਘੇਰੇ ਚ ਘਿਰ ਗਿਆ, ਫਿਰ ਵੀ ਆਪਣੇ ਮਨ ਚ ਤਰਾਸ ਨਹੀਂ ਮੰਨਿਆ, ਡਰ ਨਹੀਂ ਮੰਨਿਆ, ਕਿਉਂਕਿ ਉਹ ਸੂਰਮਾ ਜਿਹੜਾ ਨਿਤ ਪੜਦਾ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ, ਜਿਹਨੇ ਪਹਿਲਾਂ ਮਰਨ ਕਬੂਲ ਕੀਤਾ ਹੋਇਆ, ਜਿਹਦੇ ਮਨ ਚ ਚਾਓ ਹੈ ਜੂਝਣ ਦਾ ਤੇ ਮਰਨ ਦਾ,
ਉਹਦੇ ਮਨ ਚ ਰੰਚਕ ਭਰ ਵੀ ਤਰਾਸ ਡਰ ਤੇ ਭੈ ਨਹੀਂ ਹੈ। ਲਲਕਾਰ ਸੁਭਟ ਗਨ ਧੀਰ ਦੀਨ, ਔਰ ਆਪਣੇ ਸਾਹਮਣੇ ਨਾਲ ਦੇ ਕੁਝ ਕਸੂਰਮੇ ਜਿਹੜੇ ਸਨ ਉਹਨਾਂ ਨੂੰ ਵੀ ਧੀਰਗ ਦਿੱਤਾ ਲੜਨ ਵਾਸਤੇ ਲਲਕਾਰ ਕੇ। ਇੱਕ ਵਾਰ ਮਾਰ ਗੁਲ ਤਾਂਗ ਰਾਏ, ਵਾਰ ਵਾਰ ਗੋਲੀਆਂ ਭਾਈ ਜੱਟੂ ਜੀ ਵੈਰੀਆਂ ਨੂੰ ਮਾਰ ਮਾਰ ਕੇ ਸੁੱਟ ਰਹੇ ਨੇ, ਨਾਲ ਇੱਕ ਦੋ ਸੂਰਮੇ ਜਿਹੜੇ ਬੰਦੂਕ ਭਰ ਕੇ ਤਿਆਰ ਕਰਕੇ ਭਾਈ ਜੱਟੂ ਨੂੰ ਦਿੰਦੇ ਹਨ। ਭੱਟ ਪਰੇ ਉਥਲ ਲਗ ਮਰਤ ਧਾਏ, ਬੜੀ ਛੇਤੀ ਨਾਲ ਉਛਲ ਉਛਲ ਕੇ ਸੂਰਮੇ ਜੰਗ ਦੇ ਮੈਦਾਨ ਵਿੱਚ ਡਿੱਗਦੇ ਨੇ। ਭਾਈ ਜੱਟੂ ਜੀ ਗੋਲੀਆਂ ਦਾਗ ਰਹੇ ਹਨ। ਕਿਸ ਹੋਣ ਸੀਸ ਫੁੱਟਿਓ ਮਰੰਤ, ਇੰਨੀਆਂ ਗੋਲੀਆਂ ਚਲਾਈਆਂ ਭਾਈ ਜੱਟੂ ਨੇ ਕਿ ਵੈਰੀ ਦਲ ਦੇ ਕਿਸੇ ਸੂਰਮੇ ਦਾ ਸਿਰ ਹਾਂਡੀ ਵਾਂਗੂ ਖਿੰਡ ਜਾਂਦਾ ਗੋਲੀ ਵੱਜਣ ਕਰਕੇ। ਕਿਸ ਘੇਰ ਬਦਨ ਗੁਲ ਕਾ ਫੁਰੰਤ, ਕਿਸੇ ਦੇ ਮੂੰਹ ਦੇ ਵਿੱਚ ਜਾ ਕੇ ਗੋਲੀ ਵੱਜਦੀ ਹੈ। ਕਿਸ ਰਿਦਾ ਬਤੀਰਨ ਪਰਤ ਭੂ, ਕਿਸੇ ਦੇ ਹਿਰਦੇ ਵਾਲੀ ਦਿਲ ਵਾਲੀ ਜਿਹੜੀ ਜਗ੍ਹਾ ਹੈ ਉਸ ਜਗ੍ਹਾ ਤੇ ਜਾ ਕੇ ਗੋਲੀ ਵੱਜਦੀ ਹੈ। ਇਸ ਉਧਰ ਲੱਗੇ ਕਾਇਲ ਸੁਕੂਮ, ਕਿਸੇ ਦੇ ਪੇਟ ਦੇ ਵਿੱਚ ਜਾ ਕੇ ਗੋਲੀ ਵੱਜਦੀ ਹੈ ਤੇ ਪੇਟ ਫਟ ਜਾਂਦਾ ਹੈ। ਕਿਸ ਬਾਹ ਟੂਟ, ਕਿਸ ਟਾਂਗ ਟੂਟ, ਕਿਸੇ ਦੀ ਬਾਹ ਟੁੱਟ ਕੇ ਡਿੱਗ ਪੈਂਦੀ ਗੋਲੀ ਵੱਜਣ ਕਰਕੇ, ਕਿਸੇ ਦੀ ਲੱਤ ਟੁੱਟ ਜਾਂਦੀ ਗੋਲੀ ਨਾਲ। ਬਹੁਤ ਪੁੱਕ ਛੋਰ ਦਲ ਅਤਕ ਜੂਟ, ਭਾਈ ਜੱਟੂ ਜੀ ਨੇ ਇੰਨੀਆਂ ਗੋਲੀਆਂ ਦਾਗੀਆਂ ਕਿਉਂਕਿ ਬੰਦੂਕ ਚਲਾਉਣ ਵਿੱਚ ਇਹਨਾਂ ਵਰਗਾ ਕੋਈ ਨਿਪੁੰਨ ਨਹੀਂ ਸੀ। ਅਨੇਕਾਂ ਗੋਲੀਆਂ ਦਾਗ ਕੇ ਅਨੇਕਾਂ ਨੂੰ ਜੰਗ ਦੇ ਮੈਦਾਨ ਚ ਜੁੱਟ ਕੇ ਮਾਰਿਆ ਹੈ। ਗਿਰੇ ਸਿੱਖ ਤੁਰਕਾਨ ਸੰਗ, ਔਰ ਉਧਰੋਂ ਤੁਰਕਾਂ ਦੀਆਂ ਗੋਲੀਆਂ ਚੱਲਦੀਆਂ ਤੇ ਇਧਰ ਜਿਹੜੇ ਭਾਈ ਜੱਟੂ ਦੇ ਨਾਲ ਸੂਰਮੇ ਯੋਧੇ ਨੇ ਉਹ ਵੀ ਸ਼ਹੀਦੀਆਂ ਪਾ ਰਹੇ ਨੇ, ਪਰ ਉਹ ਜਿਹੜੇ ਸਿੱਖ ਸ਼ਹੀਦ ਹੁੰਦੇ ਨੇ ਅਨੇਕਾਂ ਤੁਰਕਾਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਇਤ ਮਰੇ ਪਰੇ ਧੀਰਗ ਤੁਰੰਗ, ਔਰ ਅਨੇਕਾਂ ਘੋੜੇ ਵੀ ਰਣ ਭੂਮੀ ਵਿੱਚ ਮਾਰੇ ਗਏ ਗੋਲੀਆਂ ਵੱਜਣ ਕਰਕੇ। ਤੂੰ ਭਜੰਤ ਛੂਛੇ ਪੱਲਾ, ਔਰ ਕਿਤੇ ਘੋੜੇ ਖਾਲੀ ਲਾਵੇਂ ਤੁਰੇ ਫਿਰਦੇ ਜਿਹੜੇ ਉਹਨਾਂ ਦੇ ਉੱਤੇ ਬੈਠਣ ਵਾਲੇ ਸਵਾਰ ਨੇ ਉਹ ਰਣ ਭੂਮੀ ਵਿੱਚ ਮਾਰੇ ਜਾ ਚੁੱਕੇ ਹਨ। ਕਿਤ ਘਾਏ ਸਹਿਤ ਦਰੜੇ ਕੇ ਕਾਣ, ਔਰ ਕਈ ਘਾਇਲ ਹੋਏ ਜ਼ਖਮੀ ਹੋਏ ਜੰਗ ਦੇ ਮੈਦਾਨ ਚ ਡਿੱਗੇ ਨੇ, ਘੋੜਿਆਂ ਨੇ ਪੈਰਾਂ ਥੱਲੇ ਦਰੜ ਕੇ ਰੱਖ ਦਿੱਤੇ ਨੇ। ਜਿਹੜੇ ਜ਼ਮੀਨ ਤੇ ਡਿੱਗੇ ਪਏ ਤੜਫਦੇ ਸੀ, ਘੋੜਿਆਂ ਨੇ ਪੈਰਾਂ ਨਾਲ ਦਰੜ ਕੇ ਉਹਨਾਂ ਨੂੰ ਮਾਰ ਦਿੱਤਾ ਹੈ। ਜੱਟੂ ਸੋ ਘਿਰਤ ਬੜ ਕੀਨ ਯੁੱਧ, ਇਹੋ ਜਿਹਾ ਭਾਈ ਜੱਟੂ ਨੇ ਘਿਰਦਿਆਂ ਘਿਰਦਿਆਂ ਵੀ ਇਹੋ ਜਿਹਾ ਭਿਆਨਕ ਯੁੱਧ ਕੀਤਾ ਕਿ ਜਿਹੜੇ ਇਹ ਮੁਗਲ ਸਨ ਪਠਾਨ ਸਨ ਆਪਣੇ ਆਪ ਨੂੰ ਗਿਲਜੇ ਕਹਾਉਣ ਵਾਲੇ ਇੱਕ ਵਾਰ ਦੰਦਾਂ ਥੱਲੇ ਉਂਗਲੀਆਂ ਚਬਾ ਕੇ ਵੇਖਦੇ ਨੇ ਵੀ ਏਦਾਂ ਵੀ ਲੜਾਈ ਹੁੰਦੀ ਹੈ, ਏਦਾਂ ਵੀ ਜੰਗ ਹੁੰਦਾ, ਹੈਰਾਨ ਹੋ ਗਏ। ਗਨ ਤੁਰਕ ਮਾਰ ਮਾਰਤ ਸੋ ਕ੍ਰੋਧ, ਅਨੇਕਾਂ ਤੁਰਕਾਂ ਨੂੰ ਕ੍ਰੋਧ ਕਰ ਕਰ ਭਾਈ ਜੱਟੂ ਜੀ ਮਾਰਦੇ ਹਨ। ਸਿੱਖ ਜਥੇਦਾਰ ਕਲਿਆਣ ਨਾਮ, ਇੱਧਰ ਭਾਈ ਜੱਟੂ ਦੀ ਹਮਾਇਤ ਵਾਸਤੇ ਪਿੱਛੋਂ ਭਾਈ ਸਾਹਿਬ ਭਾਈ ਕਲਿਆਣ ਜੀ ਇਹ ਵੀ ਆਪਣੇ ਨਾਲ 100 ਸੂਰਮਿਆਂ ਦਾ ਜਥਾ ਲੈ ਕੇ ਭਾਈ ਜੱਟੂ ਦੀ ਮਦਦ ਲਈ ਆ ਪਹੁੰਚੇ। ਸੋ ਭਇਓ ਅਗਰ ਬੜ ਜੰਗ ਤਾਂ, ਇਹਨਾਂ ਵੀ ਅੱਗੇ ਆ ਕੇ ਭਿਆਨਕ ਜੰਗ ਕੀਤਾ, ਗੋਲੀਆਂ ਦਾਗੀਆਂ ਹਨ। ਤੁਪਕੰ ਤੜਾਕ ਬਹੁ ਛੋਰ ਛੋਰ, ਤੜਾਕ ਦੇ ਕੇ ਚੱਲਦੀਆਂ ਨੇ ਜੰਗ ਦੇ ਮੈਦਾਨ ਦੇ ਵਿੱਚ। ਅਤ ਕਰੇ ਤੁਰਕ ਤਨ ਫੋਰ ਫੋਰ, ਅਨੇਕਾਂ ਤੁਰਕਾਂ ਦੀਆਂ ਛਾਤੀਆਂ ਤੋੜ ਸੁੱਟੀਆਂ ਭਾਈ ਕਲਿਆਣ ਜੀ ਨੇ ਆ ਕੇ। ਜੋ ਹੁੱਤੇ ਅਗਰ ਕੁਛ ਮਾਰ,
ਕਰ ਦੇਣ। ਜਿਹੜਾ ਸਾਹਮਣੇ ਆਇਆ ਜੰਗ ਦੇ ਮੈਦਾਨ ਦੇ ਵਿੱਚ ਉਹਨੂੰ ਮਾਰ ਸੁੱਟਿਆ, ਜਿਹੜੇ ਅੱਗੇ ਅੱਗੇ ਵਧੇ ਹੋਏ ਸਨ ਉਹ ਸਾਰੇ ਮਾਰ ਕੇ ਸੁੱਟ ਦਿੱਤੇ। ਕੁਛ ਚੱਲੇ ਭਾਜ ਔਰ ਤਰਾਸ ਲੈਣ, ਕੁਝ ਕੁ ਭੱਜ ਟੁਰੇ ਜਿਹੜੇ ਮੁਹੰਮਦ ਖਾਨ ਦੇ ਦਲ ਦੇ, ਤਕਰੀਬਨ ਸਾਰੀ ਫੌਜ ਜਿਹੜੀ ਸੀ ਨਿਬੇੜ ਦਿੱਤੀ, ਤੇ ਜਿਹੜੇ ਥੋੜੇ ਬਹੁਤੇ ਬਚੇ ਉਹ ਭੱਜ ਕੇ ਪਿਛਾਂ ਨੂੰ ਜਾਣ ਲੱਗੇ। ਪਰ ਹਲਾ ਹੂਲ ਰੋਕੇ ਪ੍ਰਚੰਡ, ਉਹਨਾਂ ਨੂੰ ਹਲਾ ਹੂਲ ਕਰਕੇ ਰੋਕਦਾ ਮੁਹੰਮਦ ਖਾਨ ਜਾਣ ਤੋਂ। ਫਿਰ ਹਟੈ ਵੀਰ ਫੁਰੰਤ ਤੁੰਡ, ਅੱਗੇ ਆਉਂਦੇ ਨੇ ਲੜਨ ਵਾਸਤੇ ਪਰ ਅੱਗੋਂ ਇਹੋ ਜਿਹਾ ਮੂੰਹ ਤੋੜਦੇ ਗੋਲੀਆਂ ਚਲਾ ਕੇ ਭਾਈ ਕਲਿਆਣ ਤੇ ਭਾਈ ਜੱਟੂ ਜੀ ਕਿ ਉਹ ਮੂੰਹ ਨੀ ਕਰਦੇ ਇੱਧਰ ਲੜਨ ਵਾਸਤੇ, ਫਿਰ ਪਿੱਛੇ ਮੁੜਦੇ ਨੇ। ਤੁਰਕਾਨ ਸੈਨ ਸਭ ਮੋਰ ਦੇਣ, ਤੁਰਕਾਂ ਦੀ ਜਿੰਨੀ ਸੈਨਾ ਸੀ ਇਹ ਜਿਹੜੀ ਚੜ੍ਹ ਕੇ ਅੱਗੇ 1000 ਬੰਦਾ ਆਇਆ ਸੀ ਇਹ ਹੌਲਾ ਕਰਕੇ ਰੱਖ ਦਿੱਤਾ। ਰਿਸ ਪਰੇ ਸੁਭਟ ਰਣ ਅਦਕ ਕੇਨ, ਔਰ ਇਹਨਾਂ ਨੇ ਵੀ ਬੜਾ ਰਿਸ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਨਾ ਕੀਤਾ। ਵਹਿਆ ਪੈਰ ਮਖਾਂ ਮਨ ਕੋਪ ਭਇਓ, ਫਿਰ ਦੂਜਾ ਜਰਨੈਲ ਸੀ ਬੈਰਮ ਖਾਂ, ਉਹਨੇ ਵੇਖਿਆ ਵੀ ਮੁਹੰਮਦ ਖਾਨ ਦੇ ਨਾਲ ਦੇ ਬਚੇ ਸਾਥੀ ਮੁੜ ਕੇ ਦੌੜ ਰਹੇ ਨੇ ਜੰਗ ਦਾ ਮੈਦਾਨ ਛੱਡ ਕੇ, ਉਹਨੂੰ ਵੇਖ ਕੇ ਗੁੱਸਾ ਆਇਆ, ਰੋਸ ਆਇਆ। ਲਗ ਵਾਹਨੇ ਤੇ ਕੇ ਮਤਰਾਸ ਕੋ ਧਾਰੇ, ਉਹਨੇ ਵੰਗਾਰਿਆ, ਉਹ ਕਹਿੰਦਾ ਕਿੱਧਰ ਚੱਲੇ ਹੋ, ਥੋੜੀ ਜੀ ਫੌਜ ਹੈ ਗੁਰੂ ਦੀ ਸਾਹਮਣੇ ਲੜਨ ਵਾਲੀ, ਉਹਨਾਂ ਥੋੜੀ ਜੀ ਫੌਜ ਦੇ ਕੋਲੋਂ ਡਰ ਕੇ ਕਿਵੇਂ ਦੌੜੇ ਜਾਂਦੇ ਜੇ। ਜੰਗ ਨਸੰਗ ਕਰੋ ਹਟਕੈ, ਨਸੰਗ ਹੋ ਕੇ ਮੁੜ ਕੇ ਜੰਗ ਲੜੋ, ਕਿੰਨੇ ਕਿੰਨੇ ਉਹ ਤੁਹਾਡੇ ਸਾਹਮਣੇ, ਕੌਣ ਹਨ ਉਹ ਤੁਹਾਡੇ ਸਾਹਮਣੇ ਲੜਨ ਵਾਲੇ। ਇੱਕ ਵਾਰ ਤੋਂ ਫੰਗਨ ਛੋੜੋ ਸਾਰੇ, ਇੱਕ ਵਾਰ ਸਾਰੇ ਬੰਦੂਕਾਂ ਦੀਆਂ ਗੋਲੀਆਂ ਦਾਗ ਦਿਓ। ਬੈਰਮ ਖਾਨ ਨੇ ਆਪਣਾ 1000 ਬੰਦਾ ਜਿਹੜਾ ਇਹਦੇ ਨਾਲ ਸੀ ਉਹਨਾਂ ਨੂੰ ਪ੍ਰੇਰ ਕੇ ਅੱਗੇ ਲਿਆਂਦਾ। ਔਰ ਪਰੇ ਗੁਰ ਸੈਨ ਕੇ ਉੱਪਰ, ਉਹਨਾਂ ਦੀ ਗਿਣਤੀ ਵੱਧ ਗਈ, ਦੌੜ ਕੇ ਆ ਕੇ ਸਤਿਗੁਰਾਂ ਦੇ ਸੂਰਮਿਆਂ ਯੋਧਿਆਂ ਦੇ ਉੱਤੇ ਆਣ ਪਏ। ਔਂਗਲ ਕਾਂਬਰ ਖੇਤ ਸਵਾਰੇ, ਇੰਨੀਆਂ ਗੋਲੀਆਂ ਚੱਲੀਆਂ, ਏਦਾਂ ਗੋਲੀਆਂ ਦਾ ਮੀਂਹ ਵਰਸਣ ਲੱਗਾ। ਚੇਤ ਮੈਂ ਬਾਰਦ ਘੋਰ ਕਤਾਇਓ, ਜਿਵੇਂ ਚੇਤਰ ਦੇ ਮਹੀਨੇ ਵਿੱਚ ਆਕਾਸ਼ ਦੇ ਵਿੱਚੋਂ ਬੱਦਲ ਘੋਰ ਰੂਪ ਧਾਰਨ ਕਰਕੇ ਆਉਂਦੇ, ਮੀਂਹ ਵਰਾਉਂਦੇ ਨੇ। ਵੇਗ ਕਰੇ ਕਰ ਕਾਗਨ ਡਾਰੇ, ਚੇਤਰ ਦੇ ਮਹੀਨੇ ਚ ਪੈਣ ਵਾਲੇ ਮੀਂਹ ਚ ਜਿਵੇਂ ਗੋਲੇ ਵਰਦੇ ਨੇ ਨਾ, ਔਲੇ ਵਰਦੇ ਨੇ, ਏਦਾਂ ਗੋਲੀਆਂ ਵਰਨ ਲੱਗੀਆਂ ਹਨ। ਕੈਰਮ ਖਾਨ ਪਰਿਓ ਜਬ ਆਏ, ਕੈਰਮ ਖਾਨ ਇਸ ਤਰ੍ਹਾਂ ਸਾਰੇ ਦਲ ਦੇ ਸਮੇਤ ਆਣ ਪਿਆ। ਸਿਰੇ ਗੁਰ ਕੇ ਭੱਟ ਕ੍ਰੋਧ ਤੋਂ ਭਾਰੇ, ਕੈਰਮ ਖਾਨ ਆਇਆ ਅੱਗੇ ਵੱਧ ਕੇ, ਇਧਰੋਂ ਸਤਿਗੁਰਾਂ ਦੇ ਸੂਰਮੇ ਵੀ ਭਾਰੀ ਵੀਰ ਰਸ ਵਿੱਚ ਭਰੇ ਹੋਏ ਵੱਧ ਕੇ ਲੜਨ ਲੱਗੇ। ਨੇੜ ਕਰਿਓ ਗਹਿ ਤੋਮਰ ਤੀਰਨ, ਨੇੜੇ ਹੋ ਗਏ, ਨੇੜੇ ਹੋ ਕੇ ਫਿਰ ਤੋਮਰ ਤੇ ਤੀਰ ਬਰਛੀਆਂ ਤੇ ਤੀਰ ਚੱਲਣ ਲੱਗੇ। ਭਾਰਤ ਬੋਲਨ ਕੇ ਲਲਕਾਰੇ, ਮਾਰਦੇ ਨੇ ਬੋਲ ਬੋਲ ਕੇ, ਲਲਕਾਰ ਲਲਕਾਰ ਕੇ ਮਾਰਦੇ ਹਨ। ਜੋ ਤੁਰਕਾਨ ਕਿਸੈਨ ਵਧੇ, ਤੁਰਕਾਂ ਦੀ ਸੈਨਾ ਅੱਗੇ ਵੱਧ ਕੇ ਆਈ। ਅਦਕੀਨ ਸਭੀ ਹੈ ਤੇ ਧਰ ਡਾਰੇ, ਵੱਧ ਕੇ ਆਈ ਹੋਈ ਸਾਰੀ ਸੈਨਾ ਜੰਗ ਦੇ ਮੈਦਾਨ ਚ ਧਰ ਲਈ ਸਤਿਗੁਰਾਂ ਦੇ ਸੂਰਮਿਆਂ ਨੇ, ਵੱਧ ਕਰਕੇ ਰਣ ਭੂਮੀ ਵਿੱਚ ਮਿਲਾ ਕੇ ਰੱਖ ਦਿੱਤਾ। ਘੋੜੇ ਲਾਵੇਂ ਟੁਰੇ ਫਿਰਦੇ ਨੇ, ਆਓ ਉਥਲੇ ਰਣਵੀਰ ਗਿਰੇ, ਔਰ ਇਸ ਤਰ੍ਹਾਂ ਉੱਛਲ ਉੱਛਲ ਕੇ ਰਣਵੀਰ ਯੋਧੇ ਜੰਗ ਦੇ ਮੈਦਾਨ ਚ ਡਿੱਗਦੇ ਨੇ। ਇਹ ਮੰਗਾਜ ਤੇ ਦੇਹੀ ਸਮੂਹ ਮੁਨਾਰੇ, ਬੱਦਲ ਟੁੱਟ ਕੇ ਪੈ ਜੇ ਕਿਸੇ ਜਗ੍ਹਾ ਤੇ, ਵੱਡੇ ਵੱਡੇ ਮੁਨਾਰੇ ਧੜਮ ਦੇ ਕੇ ਜ਼ਮੀਨ ਤੇ ਡਿੱਗਦੇ ਨੇ। ਝੂਟ ਕੇ ਝੂਟ ਤੋਂ ਫੰਗਨ ਛੂਟਤ, ਬੰਦੂਕਾਂ ਚੱਲਦੀਆਂ, ਗੋਲੀਆਂ ਦਗਦੀਆਂ ਨੇ, ਤੜਾ ਤੜੀ ਕੜਾ ਕੜੀ ਹੁੰਦੀ ਹੈ। ਫੇਰ ਅਰੇ ਕਰਵਾਰ ਨਿਕਾਰੇ,
ਬੰਦੂਕਾਂ ਤੇ ਤੀਰ ਚੱਲਣੋਂ ਬੰਦ ਹੋ ਗਏ, ਨੇੜੇ ਢੁੱਕ ਗਏ। ਹੁਣ ਸਦਾ ਦੀਆਂ ਸਾਥਣਾ ਤਲਵਾਰਾਂ ਸੂਰਮਿਆਂ ਨੇ ਧੂ ਲਈਆਂ ਮਿਆਨਾ ਚੋਂ। ਬ੍ਰੰਦ ਮਨੋ ਚਪੱਲਾ ਚਮਕ, ਕਿਰਪਾਨਾਂ ਧੂਈਆਂ ਤਲਵਾਰਾਂ ਧੂਈਆਂ, ਏਦਾਂ ਜੰਗ ਦੇ ਮੈਦਾਨ ਚ ਚਮਕਦੀਆਂ ਫਿਰਦੀਆਂ ਨੇ ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ। ਰੰਗ ਲਾਲ ਉਗਾਰੇ, ਤਲਵਾਰਾਂ ਸੂਰਮਿਆਂ ਦੇ ਲਹੂ ਵਿੱਚ ਡੁੱਬ ਕੇ ਲਾਲ ਸੁਰਖ ਹੋ ਗਈਆਂ ਨੇ, ਲਹੂ ਨਾਲ ਧੋਤੀਆਂ ਗਈਆਂ ਹਨ। ਓਡਨ ਤੇ ਕੱਟ ਬਾਹਨ ਕੋ, ਮੋਢਿਆਂ ਤੋਂ ਬਾਹਾਂ ਨੂੰ ਜੜ ਤੋਂ ਕੱਟ ਕੇ ਸੁੱਟ ਦਿੱਤਾ ਤਲਵਾਰਾਂ ਨਾਲ। ਅਜ ਬਾਹਨ ਭੂਮ ਪ੍ਰੇਤ ਜੁਝਾਰੇ, ਕਿਸੇ ਦੀ ਗਰਦਨ ਕੱਟੀ ਗਈ ਆ ਤਲਵਾਰ ਦੇ ਨਾਲ, ਰਣ ਭੂਮੀ ਚ ਪਈ ਤੜਫਦੀ ਖਿੱਤੂ ਵਾਂਗੂ ਰਿੜਦੀ ਫਿਰਦੀ ਹੈ। ਏਵ ਕਟੇ ਕਿਸ ਜਾਂਗ ਕਟੇ, ਕਿਸੇ ਦੀ ਲੱਤ ਕੱਟੀ ਗਈ, ਕਿਸੇ ਦਾ ਗੋਡਾ ਕੱਟਿਆ ਗਿਆ, ਕਿਸੇ ਦਾ ਗਿੱਟਾ ਫਟਿਆ ਗਿਆ, ਕਿਸ ਛਾਤੀ ਫਟੇ ਗਿਰ ਹਾਏ ਉਚਾਰੇ, ਛਾਤੀ ਪਾੜ ਗਈ ਤਲਵਾਰ ਦੇ ਨਾਲ ਤੇ ਹਾਏ ਕਰਕੇ ਧੜਮ ਦੇ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ। ਲੋਥ ਪੈ ਲੋਥ ਗਏ ਗਿਰ ਕੇ, ਹੁਣ ਤਾਂ ਢੇਰ ਲੱਗਣੇ ਸ਼ੁਰੂ ਹੋ ਗਏ, ਲੋਥਾਂ ਦੇ ਉੱਤੇ ਲੋਥਾਂ ਡਿੱਗਣ ਲੱਗੀਆਂ। ਸਰੋ ਅਨੰਤ ਕੇ ਛੁੱਟ ਚਾਲ ਪਨਾਰੇ, ਖੂਨ ਦੇ ਪਰਨਾਲੇ ਵਹਿ ਟੁਰੇ ਨੇ ਖਾਲਸਾ ਜੀ, ਖੂਨ ਦੇ ਫੁਹਾਰੇ ਵਹਿ ਟੁਰੇ ਨੇ ਤਲਵਾਰਾਂ ਦੇ ਨਾਲ। ਬ੍ਰਿੰਦ ਤੇ ਤਲਵਾਰ ਜਿੱਥੇ ਵੱਜਦੀ ਆ ਘਾਵ ਹੁੰਦੇ ਵੱਡੇ, ਉਹਨਾਂ ਘਾਵਾਂ ਦੇ ਵਿੱਚੋਂ ਆਵਾਜ਼ ਆਉਂਦੀ, ਭੱਕ ਭੱਕ ਕਰਕੇ ਆਵਾਜ਼ ਆਉਂਦੀ ਤੇ ਭੱਕ ਕਰਕੇ ਖੂਨ ਬਾਹਰ ਨੂੰ ਨਿਕਲਦਾ ਉਬਾਲੇ ਖਾਂਦਾ ਹੋਇਆ। ਤੇਰੇ ਹੋਏ ਘਾਇਲ ਜਾਤ ਪੁਕਾਰੇ, ਘਾਇਲ ਹੋਏ ਜ਼ਖਮੀ ਹੋਏ ਟੁਰੇ ਫਿਰਦੇ ਮਤਵਾਲੇ ਹੋਏ, ਜਿਵੇਂ ਭੰਗ ਪੀਤੀ ਹੋਵੇ ਕਿਸੇ ਨੇ ਡਿੱਗਦਾ ਫਿਰਦਾ ਹੈ, ਏਦਾਂ ਘਾਇਲ ਹੋਏ ਜ਼ਖਮੀ ਹੋਏ ਜੰਗ ਦੇ ਮੈਦਾਨ ਚ ਪਾਣੀ ਪਾਣੀ ਮੰਗਦੇ ਨੇ, ਕੋਈ ਪਾਣੀ ਪਿਲਾਉਣ ਵਾਲਾ ਨਜ਼ਰ ਨਹੀਂ ਆਉਂਦਾ। ਹੱਥਾਂ ਮੈਂ ਤਰਵਾਰ ਗਹੇ, ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਸੂਰਮਿਆਂ ਨੇ। ਇੱਕ ਸੇ ਤਨ ਪ੍ਰਾਣ ਪਨਾਹਨ ਡਾਰੇ, ਡਿੱਗ ਪਏ ਨੇ, ਪ੍ਰਾਣ ਨਿਕਲ ਗਏ ਨੇ, ਪਰ ਹੱਥਾਂ ਚੋਂ ਤਲਵਾਰਾਂ ਨਹੀਂ ਛੁੱਟੀਆਂ, ਤਲਵਾਰਾਂ ਹਾਲੇ ਵੀ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ। ਜਾਏ ਸਕੀਤ ਗੁਮਾਹਾ ਮਹਾ, ਇਹਨਾਂ ਸੂਰਮਿਆਂ ਦਾ ਮਾਸ ਖਾਣ ਲਈ ਉਸ ਵੇਲੇ ਗਿੱਦੜ ਔਰ ਵੱਡੀਆਂ ਵੱਡੀਆਂ ਗਿੱਧਾਂ ਜਿਹੜੀਆਂ ਨੇ ਆਕਾਸ਼ ਵਿੱਚ ਮੰਡਰਾਉਣ ਲੱਗੀਆਂ ਨੇ ਆ ਪਹੁੰਚੀਆਂ। ਬੜ ਕੰਕ ਅਕਾਤ ਹੈ ਮਾਸ ਆਹਾਰੇ, ਚੀਲਾਂ ਆ ਪਹੁੰਚੀਆਂ ਹਨ, ਆ ਕੇ ਮਾਸ ਖਾਂਦੀਆਂ, ਰੱਜ ਕੇ ਟਕਾਰ ਮਾਰਦੀਆਂ ਨੇ। ਹੋਰ ਇਤ ਗੁਰ ਕੋ ਬੜ ਸੂਰ ਮਾ ਜੱਟੂ ਅਰੇ ਓਹੰਕਾਰ, ਇੱਧਰ ਸਤਿਗੁਰਾਂ ਦਾ ਵੱਡਾ ਸੂਰਮਾ ਦਲੇਰ ਭਾਈ ਜੱਟੂ ਅੜ ਗਿਆ ਜੰਗ ਦੇ ਮੈਦਾਨ ਵਿੱਚ ਬੜੇ ਹੰਕਾਰ ਨਾਲ, ਕਿਉਂਕਿ ਸੂਰਮਾ ਲੜਿਆ ਹੀ ਹੰਕਾਰ ਹੰਕਾਰ ਨਾਲ ਹੀ ਲੜਿਆ ਜਾਂਦਾ ਹੈ, ਹੰਕਾਰ ਤੋਂ ਬਿਨਾਂ ਤਾਂ ਲੜਿਆ ਹੀ ਨਹੀਂ ਜਾ ਸਕਦਾ, ਸੂਰਮੇ ਚ ਹਉਮੈ ਹੋਣੀ ਜ਼ਰੂਰੀ ਹੈ। ਬੜੇ ਅਹਿਮ ਭਾਵ ਦੇ ਨਾਲ ਭਾਈ ਜੱਟੂ ਜੀ ਜੰਗ ਦੇ ਮੈਦਾਨ ਵਿੱਚ ਅੜ ਗਏ ਲੜਨ ਵਾਸਤੇ। ਆਨ ਮੁਹੰਮਦ ਤੁਰਕ ਕਾਉ ਦੋਨੋਂ ਤੇਰੇ ਜੁਝਾਰ, ਉਧਰੋਂ ਮੁਹੰਮਦ ਖਾਨ ਜਿਹੜਾ ਵੱਡਾ ਜਰਨੈਲ ਹੈ ਆਪਣੀ ਫੌਜ ਦਾ, ਉਹ ਵੀ ਆ ਪਹੁੰਚਿਆ ਤੇ ਦੋਵੇਂ ਪਾਸਿਆਂ ਦੇ ਸੂਰਮੇ ਜੂਝ ਰਹੇ ਨੇ। ਰਾਜ ਛੰਦ ਤਬੈ ਸੁਕੋਪ ਸਿੱਖ ਹੋਏ ਕਰੇ ਕਿਰਪਾਨ ਨੰਗਿਆ, ਉਸ ਵੇਲੇ ਸੂਰਮਿਆਂ ਨੇ ਰੋਸ ਵਿੱਚ ਤਬੈ ਸੁਕੋਪ ਸਿੱਖ ਹੋਏ ਕਿਰਪਾ ਕਰ ਕਰੇ ਕਿਰਪਾਨ ਨੰਗੀਆਂ, ਪ੍ਰਹਾਰ ਬਾਰ ਬਾਰ ਹੀ ਸੁਰੰਗ ਰੰਗ ਚੰਗੀਆਂ, ਕਹਿੰਦੇ ਸੂਰਮਿਆਂ ਨੇ ਆਪਣੇ ਮਿਆਨਾਂ ਚ ਤੇਗਾਂ ਨੰਗੀਆਂ ਕਰ ਲਈਆਂ। ਭਾਈ ਜੱਟੂ ਜੀ ਦੇ ਨਾਲ ਜਿੰਨੇ ਸੂਰਮੇ ਸਨ ਉਹ ਮਿਆਨਾ ਚੋਂ ਤੇਗਾਂ ਨੰਗੀਆਂ ਕਰਕੇ ਪ੍ਰਹਾਰ ਬਾਰ ਬਾਰ ਹੀ ਸੁਰੰਗ ਰੰਗ ਚੰਗੀਆਂ, ਬਾਰ ਬਾਰ ਪ੍ਰਹਾਰ ਕਰਦੇ ਨੇ, ਸੋਹਣੇ ਰੰਗ ਦੇ ਰੰਗ ਵਿੱਚ
ਕਹਿੰਦੇ ਰੰਗੀਆਂ ਹੋਈਆਂ ਤਿਲਵਾਰਾਂ ਖੂਨ ਦੇ ਰੰਗ ਵਿੱਚ ਰੰਗੀਆਂ ਹੋਈਆਂ ਨੇ। ਕੜਾ ਕੜ ਮਚਾਏ ਕਹਿ ਨਚਾਏ ਕਾਲ ਜੇ ਹਿਸੋ, ਔਰ ਕੜਾ ਕੜੀ ਕਰਕੇ ਮਚਾਉਂਦੇ ਮਾਨੋ ਤਲਵਾਰਾਂ ਨਹੀਂ ਕਾਲ ਦੀ ਜੀਭ ਹੈ ਜਿਹੜੀ ਜੰਗ ਦੇ ਮੈਦਾਨ ਚ ਨੱਚਦੀ ਫਿਰਦੀ ਹੈ। ਉਭਾਰ ਮਾਰ ਮਾਰ ਕੇ ਪੁਕਾਰ ਗਾਜ ਸਿਹੀ ਸੇ, ਔਰ ਉਭਾਰ ਉਭਾਰ ਕੇ ਵਾਰ ਕਰ ਕਰਕੇ ਸਿਰ ਤੋਂ ਦੂਰੋਂ ਕਰ ਕਰਕੇ ਵਾਰ ਲਿਆ ਕੇ ਮਾਰਦੇ ਹਨ, ਗੱਜ ਗੱਜ ਕੇ ਮਾਰਦੇ ਜਿਵੇਂ ਸ਼ੇਰ ਦਹਾੜ ਦੇ ਕੇ ਸ਼ਿਕਾਰ ਤੇ ਵਾਰ ਕਰਦਾ, ਏਦਾਂ ਤਲਵਾਰਾਂ ਦਾ ਵਾਰ ਕਰਦੇ ਸੂਰਮੇ। ਸਧੀਰ ਬੀਰ ਬੀਰ ਕੈ ਸਰੀਰ ਕਾਟ ਡਰ ਤੇ, ਬੜੇ ਧੀਰਜ ਦੇ ਨਾਲ ਵੀਰ ਯੋਧੇ ਇੱਕ ਦੂਜਿਆਂ ਦੇ ਸਰੀਰਾਂ ਨੂੰ ਕੱਟ ਕੱਟ ਕੇ ਚੀਰ ਚੀਰ ਕੇ ਸੁੱਟ ਰਹੇ ਨੇ। ਅਪੀਰ ਪੀਰ ਨਾਗਨ ਸਮੂਹ ਸਤਰ ਮਾਰਤੇ, ਉਹਨਾਂ ਦੇ ਸੂਰਮੇ ਆਉਂਦੀ ਸਾਹਮਣੇ ਭੀੜ ਨਹੀਂ ਵੇਖਦੇ ਦੁਸ਼ਮਣ ਦੇ ਦਲ ਦੀ, ਕੇਵਲ ਮਾਰਨਾ ਕਰਕੇ ਆਪਣੇ ਹਿਰਦੇ ਚ ਠਾਣ ਕੇ ਮਾਰਦੇ ਹਨ ਸ਼ਤਰੂ ਨੂੰ ਦੁਸ਼ਮਣ ਨੂੰ। ਘਮੰਡ ਜੰਗ ਕੋ ਪਰਿਓ ਪ੍ਰਚੰਡ ਸੂਰ ਮਾਨ ਤੇ, ਘਮੰਡ ਜੰਗ ਕਰਦੇ ਹਨ ਘਮਾਸਾਨ ਜੰਗ ਕਰਦੇ ਨੇ ਪ੍ਰਚੰਡ ਸੂਰ ਮਾਨ ਤੇ, ਸੂਰਮਿਆਂ ਦੇ ਨਾਲ ਜੰਗ ਦਾ ਮੈਦਾਨ ਪ੍ਰਚੰਡ ਹੋ ਗਿਆ ਹੈ। ਰੰਤ ਖੰਡ ਖੰਡ ਹੋਏ ਨਾ ਬੰਡ ਤੁੰਡ ਠਾਣ ਤੇ, ਔਰ ਟੁਕੜੇ ਟੁਕੜੇ ਹੋ ਕੇ ਸਤਿਗੁਰਾਂ ਦੇ ਸੂਰਮੇ ਡਿੱਗਦੇ ਨੇ। ਇਹ ਨਹੀਂ ਕਿ ਮਾੜਾ ਮੋਟਾ ਜ਼ਖਮ ਲੱਗੇ ਸਰੀਰ ਦੇ ਉੱਤੇ, ਇੱਕ ਅੱਧਾ ਫੱਟ ਲੱਗੇ ਤੇ ਪਿੱਛੇ ਹਟ ਜਾਂਦੇ ਨੇ, ਟੁਕੜੇ ਟੁਕੜੇ ਹੋ ਕੇ ਫਿਰ ਜੰਗ ਦੇ ਮੈਦਾਨ ਵਿੱਚ ਡਿੱਗਦੇ ਨੇ। ਉਧਰ ਦੁਸ਼ਮਣ ਦੇ ਦਲ ਦੇ ਸੂਰਮੇ ਵੀ ਡਿੱਗਦੇ ਨੇ, ਜਦੋਂ ਡਿੱਗਦੇ ਨੇ ਉਹਨਾਂ ਦੇ ਮੂੰਹ ਦੇ ਰੰਗ ਪੀਲੇ ਜਰਦ ਹੋ ਜਾਂਦੇ ਹਨ। ਆਦੜੀ ਛੰਦ ਤਬ ਅਰਿਓ ਮੁਹੰਮਦ ਖਾਨ ਆਨ, ਇਹਨੇ ਨੂੰ ਮੁਹੰਮਦ ਖਾਨ ਅੱਗੇ ਆ ਕੇ ਅੜ ਗਿਆ। ਜੱਟੂ ਸੋ ਬੀਰ ਜਹ ਜੁੱਧ ਠਾਨ, ਇਸ ਜਗ੍ਹਾ ਤੇ ਭਾਈ ਸਾਹਿਬ ਭਾਈ ਜੱਟੂ ਜੀ ਲੜ ਰਹੇ ਸਨ। ਬਰਖੰਤ ਬਹੁਤ ਗੁਲਕਾਂ ਲਗੰਤ, ਬਹੁਤ ਸਾਰੀਆਂ ਗੋਲੀਆਂ ਦਾ ਮੀਂਹ ਵਰਾ ਰਹੇ ਸਨ ਤੇ ਗੋਲੀਆਂ ਲੱਗ ਰਹੀਆਂ ਸਨ ਦੁਸ਼ਮਣਾਂ ਦੇ ਦਲ ਨੂੰ। ਪੱਟ ਭਰੇ ਸਰੋਣ ਸੂਰਾ ਭਗੰਤ, ਉਹਨਾਂ ਵਿੱਚੋਂ ਬਹੁਤ ਸਾਰੀਆਂ ਗੋਲੀਆਂ ਭਾਈ ਜੱਟੂ ਜੀ ਦੇ ਸਰੀਰ ਵਿੱਚ ਵੀ ਲੱਗੀਆਂ ਹੋਈਆਂ ਨੇ, ਸਰੀਰ ਦੇ ਕੱਪੜੇ ਖੂਨ ਦੇ ਨਾਲ ਲੱਥ ਪੱਥ ਹਨ। ਰਿਸ ਭਰਿਓ ਮੁਹੰਮਦ ਖਾਨ, ਭਾਈ ਜੱਟੂ ਜੀ ਫਿਰ ਵੀ ਲੜ ਰਹੇ ਨੇ। ਮੁਹੰਮਦ ਖਾਨ ਨੇ ਭਾਈ ਜੱਟੂ ਨੂੰ ਵੇਖਿਆ ਵੀ ਇਹ ਮੇਰੇ ਸੂਰਮਿਆਂ ਨੂੰ ਮਾਰੀ ਜਾ ਰਿਹਾ, ਮੇਰਾ ਜ਼ਿਆਦਾ ਨੁਕਸਾਨ ਕਰ ਰਿਹਾ। ਉਹਨੇ ਭਾਈ ਜੱਟੂ ਨੂੰ ਵੇਖਿਆ, ਕ੍ਰੋਧ ਵਿੱਚ ਆ ਕੇ ਮੁਹੰਮਦ ਖਾਨ ਕੋਲ ਆ ਕੇ ਵੰਗਾਰਦਾ, ਭਾਗ ਖਰੋ ਰਹੋ ਜੀਤ ਕਾਂਖ, ਉਹ ਵੱਡਿਆ ਸੂਰਮਿਆਂ ਜਿੱਤ ਦੀ ਕਾਂਖਾ ਰੱਖਣ ਵਾਲਿਆ ਹੁਣ ਭੱਜ ਕੇ ਨਾ ਜਾਈ। ਭਾਈ ਜੱਟੂ ਨੂੰ ਵੰਗਾਰਿਆ ਮੁਹੰਮਦ ਖਾਨ ਨੇ, ਮਾਨੋ ਆਪਣੀ ਮੌਤ ਨੂੰ ਵੰਗਾਰਿਆ ਹੋਵੇ। ਕਹਿੰਦਾ ਉਹ ਠਹਿਰ ਜਾ, ਜਿੱਤ ਦੀ ਇੱਛਾ ਰੱਖਣ ਵਾਲਿਆ ਸੂਰਮਿਆਂ ਜੰਗ ਦਾ ਮੈਦਾਨ ਛੱਡ ਕੇ ਨਾ ਭੱਜੀ। ਮਮ ਹੱਥ ਤੇਰ ਇੱਕ ਤੀਰ ਦੇਖ, ਆ ਮੇਰੇ ਹੱਥਾਂ ਦਾ ਚੱਲਿਆ ਇੱਕ ਤੀਰ ਵੀ ਵੇਖ ਕਿ ਮੈਂ ਕਿਵੇਂ ਤੀਰ ਚਲਾਉਂਦਾ ਹਾਂ। ਨਹੀਂ ਜੀ ਅਤ ਜਾਣਦਾ ਹਾਂ ਵਸੇਖ, ਮੈਂ ਤੈਨੂੰ ਜਿਉਂਦਾ ਨਹੀਂ ਜਾਣ ਦਿਆਂਗਾ, ਇੱਕੋ ਤੀਰ ਨਾਲ ਤੈਨੂੰ ਮਾਰ ਮੁਕਾਵਾਂਗਾ। ਏਦਾਂ ਵੰਗਾਰਿਆ ਮੁਹੰਮਦ ਖਾਨ ਨੇ। ਸੁਣ ਜੱਟੂ ਬਾਕ ਤੇ ਸੁਣ ਸਹਾਰ, ਜੱਟੂ ਨੇ ਜਦੋਂ ਮੁਹੰਮਦ ਖਾਨ ਦਾ ਲਲਕਾਰਾ ਸੁਣਿਆ ਉਹਦੇ ਕੋਲੋਂ ਸਹਾਰਿਆ ਨਹੀਂ ਗਿਆ। ਜਿਵੇਂ ਸਿਆਣਿਆਂ ਦੀ ਕਹਾਵਤ ਹੈ ਨਾ, ਲੱਕੜੀ ਨੂੰ ਫੜਨਾ ਤੇ ਮਰਦ ਨੂੰ ਤਾਨਾ ਚੀਰ ਕੇ ਰੱਖ ਦਿੰਦਾ, ਭਾਈ ਸਾਹਿਬ ਭਾਈ ਜੱਟੂ ਜੀ ਇੱਕਦਮ ਵੀਰ ਰਸ ਵਿੱਚ ਆ ਗਏ, ਸਹਾਰਿਆ ਨਹੀਂ ਗਿਆ ਮੁਹੰਮਦ ਖਾਨ ਦਾ ਲਲਕਾਰਾ। ਲਲਕਾਰ ਪਰਿਓ ਇੱਕ ਫਿਰ ਪੁਕਾਰ, ਇੱਕੋ ਵੇਰੀ ਪੁਕਾਰ ਕੇ ਆਖਿਆ ਉਹ ਮੁਹੰਮਦ ਖਾਨ ਇਸ ਜੰਗ ਦੇ ਮੈਦਾਨ ਨੂੰ ਕਾਇਰ ਛੱਡ ਕੇ ਭੱਜਿਆ ਕਰਦੇ ਨੇ, ਗੀਤੀ ਭੱਜਿਆ ਕਰਦੇ ਨੇ,
ਸੂਰਮੇ ਇਸ ਜੰਗ ਦੇ ਮੈਦਾਨ ਵਿੱਚ ਕੱਟ ਕੇ ਵੱਢ ਕੇ ਮਰ ਜਾਂਦੇ ਨੇ, ਆਪਣਾ ਆਪ ਕੁਰਬਾਨ ਕਰ ਦਿੰਦੇ ਨੇ, ਪਰ ਉਹ ਰਣ ਭੂਮੀ ਨੂੰ ਤਿਆਗ ਕੇ ਪਿੱਠ ਵਿਖਾ ਕੇ ਨਹੀਂ ਭੱਜਿਆ ਕਰਦੇ। ਭਾਈ ਜੱਟੂ ਨੇ ਵੇਖਿਆ ਵੀ ਉਹ ਤੀਰ ਚਲਾਵੇ, ਉਹਦੇ ਤੀਰ ਚਲਾਉਣ ਤੋਂ ਪਹਿਲਾਂ ਭਾਈ ਜੱਟੂ ਦੀ ਬੰਦੂਕ ਤਿਆਰ ਹੋ ਗਈ, ਇਹਨੇ ਗੋਲੀ ਭਰ ਲਈ ਬੰਦੂਕ ਦੇ ਵਿੱਚ ਤਿਆਰ ਕਰਕੇ ਸਿਸਤ ਬੰਨ ਲਈ। ਗੋਲੀ ਚਲਾਈ, ਆਪਣੇ ਸਰੀਰ ਦੀ ਰੱਖਿਆ ਕੀਤੀ। ਕਾਲ ਤਰੰਗਮ ਮਾਰ ਲੈਣਾ, ਗੋਲੀ ਚਲਾਈ ਤੇ ਮੁਹੰਮਦ ਖਾਨ ਬਚ ਗਿਆ, ਤੇ ਜਿਹੜਾ ਉਹਦਾ ਘੋੜਾ ਸੀ ਉਹਨੂੰ ਜਾ ਕੇ ਗੋਲੀ ਵੱਜੀ ਤੇ ਘੋੜਾ ਮਾਰਿਆ ਗਿਆ ਮੁਹੰਮਦ ਖਾਨ ਦਾ। ਸਰ ਚਾਪ ਤੇ ਸੋ ਚੱਲ ਬੋ ਨਾ ਦੇਣਾ, ਤੀਰ ਪੱਥੇ ਦੇ ਵਿੱਚ ਹੀ ਰਹਿ ਗਿਆ, ਚਲਾਉਂਦਾ ਹੀ ਰਹਿ ਗਿਆ, ਹਾਲਾਂਕਿ ਤੀਰ ਛੇਤੀ ਚੱਲਦਾ, ਪਰ ਭਾਈ ਸਾਹਿਬ ਨੇ ਬੰਦੂਕ ਤਿਆਰ ਕਰਕੇ ਉਹਦੇ ਤੀਰ ਚਲਾਉਣ ਤੋਂ ਪਹਿਲਾਂ ਪਹਿਲਾਂ ਇੰਨੀ ਫੁਰਤੀ ਨਾਲ ਗੋਲੀ ਚਲਾਈ ਵੀ ਘੋੜਾ ਮਾਰ ਦਿੱਤਾ ਔਰ ਮੁਹੰਮਦ ਖਾਨ ਦਾ ਤੀਰ ਚਿਲੇ ਵਿੱਚ ਹੀ ਰਹਿ ਗਿਆ। ਧਰ ਖਰੋ ਭਇਓ ਨਿਜ ਕੋ ਸੰਭਾਰ, ਜ਼ਮੀਨ ਤੇ ਛਾਲ ਮਾਰ ਕੇ ਖਲੋ ਗਿਆ, ਜਦੋਂ ਘੋੜਾ ਡਿੱਗਾ ਆਪਣਾ ਆਪ ਇਹਨੇ ਸੰਭਾਲਿਆ। ਧਨ ਖੈਂਚ ਬਾਨ ਭਰ ਕਰ ਪ੍ਰਹਾਰ, ਇਹਨੇ ਆਪਣਾ ਹੁਣ ਧਨਖ ਖਿੱਚਿਆ ਮੁਹੰਮਦ ਖਾਨ ਨੇ, ਤੀਰ ਕੰਨਾਂ ਤਾਈ ਖਿੱਚਿਆ। ਛੁੱਟ ਗਏ ਸਰਪ ਸਮਝਾਏ ਲਾਗ, ਔਰ ਕਹਿੰਦੇ ਸੱਪ ਵਾਂਗੂ ਜਿਵੇਂ ਉੱਡਣਾ ਸੱਪ ਜਾਂਦਾ ਹੈ, ਏਦਾਂ ਮੁਹੰਮਦ ਖਾਨ ਦਾ ਤੀਰ ਛੂਕਦਾ। ਤੀਰ ਚਲਾਉਣ ਚ ਬੜਾ ਨਿਪੁੰਨ ਸੀ ਮੁਹੰਮਦ ਖਾਨ, ਇਹਨੇ ਤੀਰ ਚਲਾਇਆ, ਬੜੀ ਤੇਜ਼ੀ ਨਾਲ ਤੀਰ ਉੱਡ ਕੇ ਗਿਆ। ਜੱਟੂ ਭੁਜਾਨ ਕੇ ਬੇਚ ਖਾ, ਭਾਈ ਸਾਹਿਬ ਭਾਈ ਜੱਟੂ ਦਾ ਜਿਹੜਾ ਮੋਢਾ ਸੀ, ਮੋਢੇ ਦੇ ਨਾਲ ਜਿਹੜੀ ਖਾਲੀ ਖੁੱਚ ਹੁੰਦੀ ਹੈ ਉਹਦੇ ਵਿੱਚ ਜਾ ਕੇ ਤੀਰ ਵੱਜਾ। ਵਿੱਦ ਗਏ ਪਾਰ ਗੁਰ ਰੱਖ ਲੈਣਾ, ਤੀਰ ਵੱਜ ਕੇ ਖੁੱਚ ਦੇ ਵਿੱਚੋਂ ਮੋਢੇ ਦੇ ਵਿੱਚੋਂ ਪਾਰ ਨਿਕਲ ਗਿਆ, ਪਰ ਗੁਰੂ ਸਾਹਿਬ ਨੇ ਰੱਖ ਲਿਆ। ਭਾਈ ਸਾਹਿਬ ਭਾਈ ਜੱਟੂ ਜੀ ਜ਼ਖਮੀ ਜ਼ਰੂਰ ਹੋ ਗਏ ਪਰ ਰੱਖਿਆ ਹੋ ਗਈ, ਗੁਰੂ ਸਾਹਿਬ ਨੇ ਹਾਲੇ ਰੱਖ ਲਿਆ। ਪਰ ਤੀਰ ਮਾਰਿਓ ਪਰਵੇਨ, ਫਿਰ ਇਹਨੇ ਭਾਈ ਜੱਟੂ ਜੀ ਨਾਲ ਨਾਲ ਜ਼ਖਮੀ ਹੋ ਗਏ ਨੇ, ਨਾਲ ਬੰਦੂਕ ਤਿਆਰ ਕਰ ਰਹੇ, ਗੋਲੀ ਭਰ ਰਹੇ ਨੇ। ਮੁਹੰਮਦ ਖਾਨ ਨੇ ਵੇਖਿਆ ਮੇਰਾ ਤੀਰ ਖਾਲੀ ਚਲਾ ਗਿਆ, ਜ਼ਖਮੀ ਕੀਤਾ, ਮਾਰਿਆ ਨੀ ਇਹਨੂੰ, ਇਹਨੇ ਦੁਬਾਰਾ ਦੂਸਰਾ ਤੀਰ ਕਿਆ ਤਿਆਰ ਕੀਤਾ। ਤਹਿ ਸੰਗਤ ਰੰਗਮ ਦੇਣਗੇ, ਦੂਜੇ ਤੀਰ ਦੇ ਨਾਲ ਭਾਈ ਜੱਟੂ ਦਾ ਘੋੜਾ ਮਾਰ ਕੇ ਸੁੱਟ ਦਿੱਤਾ। ਜੱਟੂ ਸੁਤਿਆਰ ਭਾ ਠੰਡ ਫੇਰ, ਭਾਈ ਸਾਹਿਬ ਭਾਈ ਜੱਟੂ ਜੀ ਪੈਰਾਂ ਦੇ ਉੱਤੇ ਖਲੋ ਕੇ ਤਿਆਰ ਬਰ ਤਿਆਰ ਹੋ ਕੇ, ਹੁਣ ਦੋਵੇਂ ਸੂਰਮਿਆਂ ਮੂੰਹ ਸਾਹਮਣੇ ਬਰਾਬਰ ਹੋ ਗਏ, ਉਹ ਵੀ ਪੈਰਾਂ ਤੇ ਖਲੋਤਾ ਜ਼ਮੀਨ ਦੇ ਉੱਤੇ, ਭਾਈ ਜੱਟੂ ਜੀ ਵੀ ਪੈਰਾਂ ਤੇ ਖੜੇ ਨੇ। ਕਰ ਤੁਪਕ ਤਿਆਰ ਤਾਂ ਕੇਸ ਬੇਰ, ਉਸ ਵੇਲੇ ਭਾਈ ਜੱਟੂ ਨੇ ਬੰਦੂਕ ਤਿਆਰ ਕੀਤੀ। ਧਨ ਖੈਂਚ ਮੁਹੰਮਦ ਖਾਨ ਤਾਕ ਤੇਰ, ਭਾਈ ਜੱਟੂ ਨੇ ਬੰਦੂਕ ਤਿਆਰ ਕੀਤੀ ਤੇ ਉਧਰੋਂ ਮੁਹੰਮਦ ਖਾਨ ਨੇ ਆਪਣਾ ਤੀਰ ਤੰਦੀ ਤੇ ਜੜ ਲਿਆ। ਛੁੱਟ ਪਰੇ ਤੋਹਨ ਤੇ ਇੱਕ ਵਾਰ, ਇੱਕੋ ਵਾਰ ਇਕੱਠੇ ਚੱਲੇ ਨੇ ਦੋਵੇਂ, ਉਧਰੋਂ ਤੀਰ ਚੱਲਿਆ ਮੁਹੰਮਦ ਖਾਨ ਦਾ ਤੇ ਇਧਰੋਂ ਗੋਲੀ ਚੱਲੀ। ਇਤ ਗੁਲਕਾਂ ਉਤਤੇ ਸਰ ਪ੍ਰਹਾਰ, ਤੀਰ ਚਲਾਇਆ ਮੁਹੰਮਦ ਖਾਨ ਨੇ, ਇਧਰੋਂ ਭਾਈ ਜੱਟੂ ਜੀ ਨੇ ਗੋਲੀ ਦਾਗੀ ਨਿਸ਼ਾਨਾ ਬੰਨ ਕੇ। ਦੋਨੋਂ ਸਬੇਰ ਕੇ ਵਾਰ ਦੋਏ, ਇਹ ਸਾਂਝੇ ਵਾਰ ਕਹਿੰਦੇ ਇਹਨਾਂ ਨੂੰ, ਸਾਂਝੇ ਵਾਰ ਹੋ ਗਏ, ਇਕੱਠੇ ਚੱਲੇ ਦੋਵਾਂ ਪਾਸਿਓਂ। ਲਗ ਦੋਹਨ ਅੰਗ ਔਰ ਵਿਦਤ ਸੋਏ, ਦੋਹਾਂ ਦੇ ਕੀਤੇ ਹੋਏ ਵਾਰ ਦੋਹਾਂ ਸੂਰਮਿਆਂ ਨੂੰ ਵੱਜੇ। ਜੱਟੂ ਕਰੇ ਦੇ ਲਗ ਤੀਰ ਪਾਰ, ਤੀਰ ਚਲਾਇਆ ਮੁਹੰਮਦ
ਅਹਿਮਦ ਖਾਨ ਨੇ ਭਾਈ ਜੱਟੂ ਦੇ ਕਲੇਜੇ ਵਾਲੀ ਥਾਂ ਤੇ ਦਿਲ ਵਾਲੀ ਥਾਂ ਤੇ ਲੱਗਾ ਪਾਰ ਨਿਕਲ ਗਿਆ। ਫਿਰ ਪਰੇ ਉਹ ਭੂਮ ਖੈ ਕੈ ਪਵਾਰ, ਔਰ ਪਵਾਰੀ ਖਾ ਕੇ ਭਾਈ ਸਾਹਿਬ ਭਾਈ ਜੱਟੂ ਜੀ ਰਣ ਭੂਮੀ ਚ ਡਿੱਗ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ, ਆਪਣਾ ਆਪਾ ਗੁਰੂ ਹਰਗੋਬਿੰਦ ਸਾਹਿਬ ਤੋਂ ਕੁਰਬਾਨ ਕਰ ਗਏ ਭਾਈ ਜੱਟੂ ਜੀ। ਉਤ ਲੱਗੇ ਜਾਏ ਗੁਲ ਕਾਂ ਪ੍ਰਚੰਡ, ਭਾਈ ਜੱਟੂ ਦੀ ਚਲਾਈ ਗੋਲੀ ਕਿਹੜਾ ਖਾਲੀ ਜਾਣੀ ਸੀ, ਚਲਾਈ ਹੋਈ ਗੋਲੀ ਉਧਰ ਮੁਹੰਮਦ ਖਾਨ ਨੂੰ ਜਾ ਕੇ ਵੱਜੇ। ਹਟ ਗਏ ਤੁੰਡ ਪੱਟ ਪਿਖ ਤੇ ਝੁੰਡ, ਜਿਹੜਾ ਮੂੰਹ ਵਾਲੀ ਜਗ੍ਹਾ ਸੀ ਨਾ, ਮੂੰਹ ਦੇ ਉੱਤੇ ਜਾ ਕੇ ਗੋਲੀ ਵੱਜੀ ਮੱਥੇ ਦੇ ਕੋਲ, ਇਹਦਾ ਸਿਰ ਧੁਆਣੇ ਵਾਂਗੂ ਫਟ ਗਿਆ। ਇਹਦੇ ਸਾਰੇ ਸੂਰਮੇ ਵੇਖਦੇ ਨੇ, ਦੋਨੋਂ ਸੁਬੀਰ ਜੁਝੇ ਜੁਝਾਰ, ਜਿਵੇਂ ਮਟਕੀ ਤੋੜ ਕੇ ਰੱਖੀ ਦੀ ਆ ਨਾ ਮੱਖਣ ਦੀ, ਏਦਾਂ ਇਹਦਾ ਸਿਰ ਖਿੰਡ ਗਿਆ, ਮਿੱਜ ਨਿਕਲ ਗਈ। ਮੁਹੰਮਦ ਖਾਨ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ। ਗੱਲ ਤੋਂ ਹੁਣ ਦਿਸਣ ਕੇ ਭੱਟ ਨਿਹਾਲ, ਦੋਵੇਂ ਸੂਰਮੇ ਸਾਂਝੇ ਵਾਰਾਂ ਦੇ ਨਾਲ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਦੋਹਾਂ ਪਾਸਿਆਂ ਦੇ ਦਲ ਇਹਨਾਂ ਦੋਨਾਂ ਦਾ ਜੰਗ ਵੇਖ ਰਹੇ ਸਨ। ਹਰ ਰਾਏ ਪਰੇ ਉਪਰ ਸੁਤਾਏ, ਮਰਨ ਤੋਂ ਬਾਅਦ ਹੁਣ ਬਾਕੀ ਦੇ ਸੂਰਮੇ ਆਪਸ ਵਿੱਚ ਅੜ ਗਏ ਨੇ, ਜੂਝਣ ਲੱਗੇ ਨੇ। ਇੱਕ ਵਾਰ ਖੈਂਚ ਕਰ ਵਾਰ ਕਾਏ, ਇੱਕ ਵਾਰ ਤਲਵਾਰਾਂ ਧੂ ਕੇ ਜੰਗ ਦੇ ਮੈਦਾਨ ਚ ਲੜਨ ਲੱਗੇ ਨੇ। ਲੜ ਮਰਤ ਤੁਰਤ ਨਹਿ ਅਟਕ ਹੋ, ਲੜਦੇ ਨੇ ਮਰਦੇ ਨੇ ਤੁਰਤ ਫੁਰਤ ਜ਼ਮੀਨ ਤੇ ਡਿੱਗ ਪੈਂਦੇ ਨੇ, ਅਟਕ ਕੇ ਪਿੱਛੇ ਨਹੀਂ ਜਾਂਦੇ। ਤਲਵਾਰ ਕੇ ਤੋਮਰ ਗਹਿ ਅਦੋ, ਕੋਈ ਤਲਵਾਰ ਲੈ ਕੇ, ਕੋਈ ਪਰਛੀ ਲੈ ਕੇ, ਕੋਈ ਨੇਜਾ ਲੈ ਕੇ ਲੜਦਾ ਹੈ। ਵਾਰਨ ਪ੍ਰਹਾਰਨ ਹੈ ਦੇਰ ਲਾ, ਵਾਰਾਂ ਦਾ ਵਾਰ ਕਰਦਿਆਂ ਦੇਰੀ ਨਹੀਂ ਲਾਉਂਦੇ। ਰਿਸ ਭਰੇ ਅਰੇ ਹੀ ਕਟਤ ਥਾਏ, ਕ੍ਰੋਧ ਵਿੱਚ ਭਰੇ ਹੋਏ ਉਸੇ ਜਗ੍ਹਾ ਤੇ ਅੜ ਕੇ ਕੱਟ ਕੇ ਜ਼ਮੀਨ ਤੇ ਡਿੱਗ ਜਾਂਦੇ, ਪਿੱਛੇ ਨਹੀਂ ਹਟਦੇ। ਕੱਲ ਮਰੇ ਉਹ ਕਿਤ ਕਲੋਥਨ ਬਿਥਾਰ, ਰੋਖਾਂ ਦੇ ਢੇਰਾਂ ਦੇ ਢੇਰ ਖਿੰਡੇ ਹੋਏ ਨਜ਼ਰ ਆਉਂਦੇ ਰਣ ਭੂਮੀ ਵਿੱਚ। ਕਰ ਰਹੇ ਬੇਰ ਪੰਕੇ ਜੁਝਾਰ, ਪੰਕੇ ਜੁਝਾਰੂ ਸੂਰਮੇ ਜੰਗ ਦੇ ਮੈਦਾਨ ਚ ਸਦਾ ਦੀ ਨੀਂਦੇ ਸੁੱਤੇ ਪਏ ਨੇ। ਇੱਕ ਵਾਰ ਮਾਰ ਸਿੱਖਨ ਸੁਕੀਨ, ਵਾਰ ਗੁਰੂ ਕੇ ਸਿੱਖਾਂ ਨੇ ਇਹੋ ਜਿਹਾ ਮਹਾਨ ਵਾਰ ਕੀਤਾ ਤੁਰਕਾਂ ਤੇ। ਨਹਿ ਤੁਰਕ ਅਰੇ ਬੜ ਤਰਾਸ ਲੀਨ, ਕਹਿੰਦੇ ਤੁਰਕ ਅੜ ਨਹੀਂ ਸਕੇ। ਮੁਹੰਮਦ ਖਾਨ ਦੀ ਫੌਜ ਇਕਦਮ ਡਰ ਗਈ, ਭੈ ਭੀਤ ਹੋ ਗਈ, ਸਿੱਖਾਂ ਦੀ ਤਲਵਾਰ ਦੇ ਸਾਹਮਣੇ ਅੱਗੇ ਲੱਗ ਕੇ ਦੌੜਨ ਨੂੰ ਤਿਆਰ ਹੋ ਗਏ। ਔਰ ਵੀਰ ਏਕ ਦਸ ਸ਼ਤਰ ਸੰਗ, ਉਹਨਾਂ ਦਾ ਇੱਕ ਇੱਕ ਸੂਰਮਾ ਦਸ ਦਸ ਪਠਾਣਾਂ ਦੀਆਂ ਛਾਤੀਆਂ ਨੂੰ ਚੀਰ ਚੀਰ ਕੇ ਮਰਦਾ ਹੈ। ਰਹਿਣਾ ਅਗਰ ਪਾ ਭੀਮ ਜੰਗ, ਇਹੋ ਜਿਹਾ ਭਿਆਨਕ ਜੰਗ ਮਚਿਆ ਵੀ ਇੱਕ ਇੱਕ ਸਿੱਖ ਦਸ ਦਸ ਪੰਦਰਾਂ ਪੰਦਰਾਂ ਵੈਰੀਆਂ ਨੂੰ ਮਾਰ ਕੇ ਮਰਦਾ ਹੈ। ਬਹੁ ਕਰੀ ਮਾਰ ਕਲਿਆਣ ਬੀਰ, ਭਾਈ ਕਲਿਆਣ ਜੀ ਜਿਹੜੇ ਬੜੀ ਵੀਰਤਾ ਨਾਲ ਯੁੱਧ ਜੰਗ ਦੇ ਮੈਦਾਨ ਵਿੱਚ ਲੜ ਰਹੇ ਨੇ। ਤੋਮਰ ਤੁਫੰਗ ਤਰਵਾਰ ਤੀਰ, ਜਿਨ੍ਹਾਂ ਦੇ ਹੱਥ ਵਿੱਚ ਤੋਮਰ ਬਰਛੀ ਫੜੀ ਹੋਈ ਹੈ, ਬਰਛੀ ਦੇ ਵਿੱਚ ਨਿਪੁੰਨ ਸੀ, ਬਰਛੀ ਨਾਲ ਪਰੋ ਪਰੋ ਕੇ ਵੈਰੀਆਂ ਦੀਆਂ ਛਾਤੀਆਂ ਏਦਾਂ ਜ਼ਮੀਨ ਤੇ ਸੁੱਟਦੇ ਨੇ ਜਿਵੇਂ ਮਹਾਰਾਜ ਗੁਰੂ ਕਲਗੀਧਰ ਲਿਖਦੇ ਨੇ ਨਾ ਚੰਡੀ ਦੀ ਵਾਰ ਚ, ਨਾ ਸੇਖ ਹਲਵਾਈ ਨਾਲ ਜਿਵੇਂ ਵਿਨ ਵੜੇ ਉਤਾਰੇ, ਕਹਿੰਦੇ ਜਿਵੇਂ ਕੋਈ ਹਲਵਾਈ ਵੜੇ ਤਲਦਾ ਤੇ ਵਿੱਚ ਸੀਖ ਦੇ ਨਾਲ ਵਿੰਨ ਕੇ ਵੜਿਆਂ ਨੂੰ ਲਾਹ ਲੈਂਦਾ ਹੈ, ਕਹਿੰਦੇ ਏਦਾਂ ਭਾਈ ਸਾਹਿਬ ਭਾਈ ਕਲਿਆਣ ਜੀ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਚੀਰ ਕੇ ਸੁੱਟਦੇ ਨੇ, ਜੰਗ ਦੇ ਮੈਦਾਨ ਦੇ ਵਿੱਚ ਜੂਝ ਰਹੇ ਨੇ। ਭਾਈ ਸਾਹਿਬ ਭਾਈ ਮਥੁਰਾ ਜੀ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਅੱਗੇ ਆਏ ਨੇ, ਉਹਨਾਂ ਦੀ ਸ਼ਹਾਦਤ ਦੀ ਕਥਾ, ਜੰਗ ਦੇ ਮੈਦਾਨ ਜਿਵੇਂ ਬੈਰਮ ਖਾਂ ਪਾਪੀ ਮਾਰਿਆ ਜਾਂਦਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ, ਸਤਿਗੁਰਾਂ ਦੇ ਸੂਰਮਿਆਂ ਦਾ, ਬਹਾਦਰਾਂ ਦਾ, ਯੋਧਿਆਂ ਦਾ ਇਤਿਹਾਸ,
ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੀ ਜੀ। ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ। ਕਬੂ ਨਾ ਛੱਡੈ ਖੇਤ, ਕਬੂ ਨਾ ਛੱਡੈ ਖੇਤ, ਕਬੂ ਨਾ ਛੱਡੈ ਖੇਤ, ਕਬੂ ਨਾ ਛੱਡੈ ਖੇਤ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ, ਅਗਨਾਸ ਅਗਨਾਸ, ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਿਵੇਕ, ਪਰਮ ਪਰ ਹਰ ਹਰੇ, ਹੈ ਪੀ ਹੋ ਬਨਹਾਰ, ਸੰਤ ਕੈ ਸਦਾ ਸੰਗ, ਦਾਰ ਆਧਾਰ, ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾ, ਰੱਖੋ ਹੀ ਐ ਪਰੋਇ, ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ।